ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ। ਆਵਾਜ਼ ਸਭ ਨੂੰ ਪ੍ਰੋਪਰਲੀ ਆ ਰਹੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ, ਫਿਰ ਆਪਾਂ ਕਲਾਸ ਸਟਾਰਟ ਕਰਦੇ ਹਾਂ। ਓਕੇ, ਗੁੱਡ ਈਵਨਿੰਗ ਸੋਨੂੰ, ਬਲਵਿੰਦਰ, ਰਮਨਪ੍ਰੀਤ ਕੌਰ, ਹਾਂਜੀ ਸਾਰਿਆਂ ਨੂੰ ਗੁੱਡ ਈਵਨਿੰਗ। ਆਪਣੀ ਕੰਪਿਊਟਰ ਦੀ ਕਲਾਸ ਸਟਾਰਟ ਹੋ ਚੁੱਕੀ ਹੈ ਜੋ ਕਿ ਆਪਣੀ 8 ਤੋਂ 9 ਓ ਕਲੋਕ ਤੱਕ ਹੁੰਦੀ ਹੈ। ਇੱਥੇ ਆਪਾਂ ਕੰਪਿਊਟਰ ਕੀ ਹੈ ਪੰਜਾਬ ਗਵਰਨਮੈਂਟ ਦੇ ਸਾਰੇ ਇਗਜ਼ਾਮਸ ਦੇ ਲਈ ਕਰ ਰਹੇ ਹਾਂ। ਓਕੇ, ਰਮਨਪ੍ਰੀਤ ਕਹਿ ਰਹੇ ਨੇ ਆ ਰਹੀ ਹੈ ਆਵਾਜ਼, ਚਲੋ। ਬਾਕੀ ਤੁਸੀਂ ਟੈਸਟ ਸੀਰੀਜ਼ ਲੈ ਸਕਦੇ ਹੋ ਕਿ ਹੁਣ ਇਸ ਟਾਈਮ ਤੁਹਾਡਾ ਕੀ ਹੈ ਕਾਫੀ ਫਾਇਦਾ ਹੋਊਗਾ ਜੇ ਤੁਸੀਂ ਕੋਈ ਵੀ ਕੋਰਸ ਜੁਆਇਨ ਕਰਦੇ ਹੋ ਗਿਲਸ ਮੈਂਟੋਰ ਦੇ ਉੱਪਰ। ਤਾਂ ਉਸ ਦੇ ਲਈ ਤੁਹਾਨੂੰ ਪਹਿਲਾਂ ਐਪ ਕੋਈ ਇੰਸਟਾਲ ਕਰਨੀ ਪਏਗੀ, ਤਾਂ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਲਓ ਕਿਉਂਕਿ ਵੇਕੈਂਸੀਜ਼ ਕਾਫੀ ਆਉਣੀ ਹੈ। ਅਤੇ ਬਾਕੀ ਤੁਹਾਨੂੰ ਦੇਖੋ PDF ਜ਼ਰੂਰ ਮਿਲੂਗੀ ਟੌਪਿਕ ਵਾਈਜ਼। ਦੇਖੋ ਮੰਨ ਲਓ ਜੇ ਫਸਟ ਕਲਾਸ ਹੋ ਰਹੀ ਹੈ ਤਾਂ ਫਸਟ ਕਲਾਸ ਦੀ ਤੁਹਾਨੂੰ PDF ਮਿਲ ਜੂਗੀ, ਸੈਕਿੰਡ ਹੈ ਤਾਂ ਸੈਕਿੰਡ ਦੀ ਮਿਲ ਜੂਗੀ, ਥਰਡ ਹੈ ਤਾਂ ਥਰਡ ਦੀ, ਠੀਕ ਹੈ। ਐਵੇਂ ਕਰਕੇ ਤੁਹਾਨੂੰ ਹਰ ਕਲਾਸ ਦੇ ਨਾਲ ਨਾਲ ਦੀ ਨਾਲ ਹੀ ਮਤਲਬ ਤੁਹਾਨੂੰ PDF ਮਿਲ ਜਾਇਆ ਕਰੇਗੀ। ਬਾਕੀ ਤੁਸੀਂ ਆਪਣੇ ਆਪ ਨੂੰ ਕੀ ਹੈ ਰਜਿਸਟਰ ਕਰ ਲਓ। ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਮੋਟੀਵੇਸ਼ਨ ਤੋਂ। ਵੇ ਟੂ ਗੈਟ ਸਟਾਰਟਡ ਇਜ਼ ਟੂ ਕੁਇਟ ਟਾਕਿੰਗ ਐਂਡ ਬਿਗਿਨ ਡੂਇੰਗ। ਦੇਖੋ ਗੱਲਾਂ ਕਰਨੀਆਂ ਹੁਣ ਆਪਾਂ ਛੱਡ ਦਈਏ ਅਤੇ ਹੁਣ ਆਪਾਂ ਕੀ ਹੈ ਕੁਛ ਕਰੀਏ, ਬਿਗਿਨ ਡੂਇੰਗ, ਠੀਕ ਹੈ। ਕੁਛ ਕਰੀਏ, ਗੱਲਾਂ ਮਾਰਨੀਆਂ ਛੱਡ ਦਈਏ ਅਤੇ ਆਪਾਂ ਕੀ ਹੈ ਆਪਣੇ ਐਗਜ਼ਾਮ ਵੱਲ ਧਿਆਨ ਦਈਏ, ਐਗਜ਼ਾਮ ਨੂੰ ਆਪਾਂ ਕਿਵੇਂ ਕੀ ਹੈ ਕਰੈਕ ਕਰਨਾ। ਓਕੇ, ਅਮਨ ਕੌਰ ਗੁੱਡ ਈਵਨਿੰਗ, ਐਂਡ ਸ਼ਿਨਾਸ, ਅੱਜ ਮੈਂ ਤੁਹਾਡੇ ਲਈ ਟੌਪਿਕ ਲੈ ਕੇ ਆਈ ਹਾਂ DBMS ਵਾਲਾ। DBMS ਕੀ ਹੁੰਦਾ? ਤੁਹਾਡਾ ਡਾਟਾਬੇਸ ਮੈਨੇਜਮੈਂਟ ਸਿਸਟਮ। ਦੇਖੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਟੌਪਿਕ। DBMS ਹੋ ਗਿਆ, ਇਹ ਆਪਾਂ ਸਾਰੇ ਕਰਾਂਗੇ, ਆਪਰੇਟਿੰਗ ਸਿਸਟਮ ਹੋ ਗਿਆ, ਤੁਹਾਡੇ ਕੰਪਿਊਟਰ ਨੈਟਵਰਕ ਹੋ ਗਿਆ, ਹੁਣ ਤੁਸੀਂ ਦੇਖੋ ਜਿਹੜਾ ਤੁਹਾਡਾ ਆਫਿਸ ਹੈ ਉਹ ਵੀ ਆਪਾਂ ਪੂਰਾ ਕਰਨਾ ਹੈ ਕਿਉਂਕਿ ਇਹ ਤਾਂ ਤੁਹਾਡੇ ਪਹਿਲਾਂ ਤੋਂ ਪੁਰਾਣੇ ਐਗਜ਼ਾਮਸ ਦੇ ਵਿੱਚ ਆਫਿਸ ਤਾਂ ਆਉਂਦਾ ਹੀ ਹੈ, ਬਟ ਜਿਹੜੇ ਆ ਹੁਣ ਐਡਵਾਂਸ ਟੌਪਿਕਸ ਹੈ ਹੁਣ ਇਹ ਵੀ ਆਉਂਦੇ ਹੈ, ਇਹ ਵੀ ਤੁਹਾਨੂੰ ਕੀ ਹੈ ਪਤਾ ਹੋਣੇ ਚਾਹੀਦੇ ਇਹਦੇ ਬਾਰੇ। ਹੁਣ ਆਪਾਂ ਇਹਨਾਂ 'ਚੋਂ ਇੱਕ ਟੌਪਿਕ ਪੜ੍ਹ ਰਹੇ ਹਾਂ DBMS। ਦੇਖੋ DBMS ਹੁੰਦਾ ਕੀ ਹੈ, ਸਟਾਰਟਿੰਗ ਦੇ ਵਿੱਚ ਕਿ ਆਪਣੀ ਕਲਾਸ ਨੂੰ ਕੀ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ ਸਾਰਿਆਂ ਨੂੰ ਤਾਂ ਜੋ ਸਾਰੇ ਜੁਆਇਨ ਕਰ ਲੈਣ ਕਿ ਆਪਣੀ ਕਲਾਸ ਉਹਨਾਂ ਨੂੰ ਪਤਾ ਲੱਗ ਜੇ ਸਟਾਰਟ ਹੋ ਗਈ। DBMS ਹੁੰਦਾ ਡਾਟਾਬੇਸ ਮੈਨੇਜਮੈਂਟ ਸਿਸਟਮ, ਆਰ ਸਪੈਸ਼ਲੀ ਡਿਜ਼ਾਈਨ ਸੋਫਟਵੇਅਰ ਵਿਚ ਇਜ਼ ਯੂਜ਼ ਟੂ ਕ੍ਰੀਏਟ ਐਂਡ ਮੇਨਟੇਨ ਡੇਟਾ। ਦੇਖੋ ਇੱਕ ਸੋਫਟਵੇਅਰ ਹੀ ਹੁੰਦਾ, ਹੋਰ ਇਹ ਕੁਛ ਇੱਦਾਂ ਦਾ ਹੈ ਨਹੀਂ ਹੈਗਾ, ਸਿਰਫ ਸੋਫਟਵੇਅਰ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ ਕੁਛ ਕ੍ਰੀਏਟ ਕਰਨ ਦੇ ਲਈ ਜਾਂ ਕੁਛ ਮੇਨਟੇਨ ਕਰਨ ਦੇ ਲਈ। ਕੀ ਨੂੰ? ਡਾਟਾਬੇਸ ਨੂੰ। ਹੁਣ ਆਪਣਾ ਡਾਟਾਬੇਸ ਕੀ ਹੈ? ਕਲੈਕਸ਼ਨ ਆਫ ਡੇਟਾ। ਕਲੈਕਸ਼ਨ ਆਫ ਡੇਟਾ ਮਤਲਬ ਇਹਦੇ ਵਿੱਚ ਡਾਟਾ ਹੁੰਦਾ। ਹੁਣ ਤੁਸੀਂ ਦੇਖੋ ਬੈਂਕ ਦੇ ਵਿੱਚ ਜਿੱਥੇ ਤੁਹਾਡੀਆਂ ਐਂਟਰੀਜ਼ ਕੀ ਕਰਦੇ ਹੈਗੇ ਆ, ਟਾਈਪ ਕਰਦੇ ਆ, ਮੰਨ ਲਓ ਕੋਈ ਕਸਟਮਰ ਹੈ ਉਹਦੇ ਰਿਲੇਟਡ ਉਹਨਾਂ ਨੇ ਦੇਖਣਾ ਹੈ, ਮਤਲਬ ਕਿੰਨਾ ਕ੍ਰੈਡਿਟ ਹੋ ਗਿਆ, ਕਿੰਨਾ ਡੈਬਿਟ ਹੋ ਗਿਆ, ਹੈ ਨਾ, ਲੈਣ ਦੇਣ ਸਭ ਕੁਝ ਦੇਖਣਾ ਹੈ। ਉਹਦੀਆਂ ਜਿਹੜੀਆਂ ਐਂਟਰੀਜ਼ ਆ ਉਹ ਵੀ ਤਾਂ ਸੋਫਟਵੇਅਰ 'ਚ ਹੀ ਐਂਟਰ ਕਰਦੇ ਆ ਆਪਣਾ ਡੇਟਾਬੇਸ ਨੂੰ ਕੀ ਹੈ ਮੇਨਟੇਨ ਕਰਨ ਲਈ। ਬਾਈ ਚਾਂਸ ਕੱਲ੍ਹ ਨੂੰ ਕਸਟਮਰ ਨੂੰ ਕੋਈ ਡਿਟੇਲ ਸ਼ੋ ਕਰਨੀ ਹੈ, ਉਹ ਸੋਫਟਵੇਅਰ ਦੇ ਵਿੱਚ ਸਾਰੀਆਂ ਡਿਟੇਲਸ ਪਈਆਂ ਹੋਣਗੀਆਂ, ਉਹ ਉਹਨੂੰ ਕਿਸੇ ਵੀ ਟਾਈਮ 'ਤੇ ਉਹਦੀ ID ਦੇ ਥਰੂ ਕੀ ਹੈ ਉਹਨੂੰ ਸ਼ੋ ਕਰ ਸਕਦੇ ਆ। ਇਹ ਇੱਕ ਕੀ ਹੁੰਦਾ? ਇੰਟਰਫੇਸ ਹੁੰਦਾ ਕਿ ਇਹਦੇ ਵਿੱਚ ਯੂਜ਼ਰ ਐਂਡ ਡੇਟਾਬੇਸ ਦੇ ਵਿੱਚ ਇੰਟਰਫੇਸ ਦਾ ਦੇਖੋ ਇੰਟਰਫੇਸ ਦਾ ਕੰਮ ਕਰਦਾ ਇਹ DBMS। ਕੀ ਹੈ ਇਹਦੇ ਵਿੱਚ? ਆਪਾਂ ਜਸਟ ਹੁਣ ਟੇਬਲ ਹੀ ਹੁੰਦੇ ਆ, ਟੇਬਲਸ ਬਣਾਉਂਦੇ ਆ ਆਪਾਂ, ਜਿਵੇਂ ਇਹ ਰੋਜ਼ ਹੁੰਦੀਆਂ ਅਤੇ ਕੋਲਨ ਹੁੰਦੇ ਆ। ਜਿਵੇਂ ਮੰਨ ਲਓ ਆਪਾਂ ਇੱਥੇ ਕਸਟਮਰ ਦੀ ਕੀ ਲਿਖਤੀ? ID। ਇੱਥੇ ਆਪਾਂ ਉਹਦਾ ਨੇਮ ਕੁਛ ਲਿਖ ਦਈਏ, ਇੱਥੇ ਮੰਨ ਲਓ ਉਹਦਾ ਜੋ ਵੀ ਹੈ ਅਕਾਊਂਟ ਦੀਆਂ ਡਿਟੇਲਸ ਹੈ ਉਹ ਲਿਖ ਦਈਏ, ਠੀਕ ਹੈ ਨਾ। ਮਤਲਬ ਇੱਥੇ ਆਪਾਂ ਕੀ ਹੈ ਮੇਨ ਚੀਜ਼ਾਂ ਲਿਖਦੇ ਹਾਂ, ਅਤੇ ਰੋ ਵਾਈਜ਼ ਆਪਾਂ ਉਹਦੀ ਐਂਟਰੀ ਭਰ ਦਿੰਦੇ ਹਾਂ। ਫਸਟ ਹੈ ਜਿਵੇਂ ਕੋਈ ਨੇਮ ਹੈ, ਇੱਥੇ ਆਪਾਂ ਨੇਮ ਲਿਖ ਦਾਂਗੇ ਕਿਸੇ ਦਾ, ਜਿਵੇਂ ਆਪਾਂ ਕੁਛ ਰਮਨ ਲਿਖ ਦਈਏ, ਅਤੇ ਇੱਥੇ ਆਪਾਂ ਉਹ ਅਕਾਊਂਟ ਦੀ ਡਿਟੇਲ ਲਿਖ ਦਾਂਗੇ। ਮਤਲਬ ਇਹਦੇ ਵਿੱਚ ਕੀ ਹੁੰਦੀ ਹੈ? ਰੋਜ਼ ਹੁੰਦੀਆਂ ਅਤੇ ਕੋਲਨ ਹੁੰਦੀ ਹੈ। ਹੁਣ ਜਿਹੜੇ ਰੋਜ਼ ਹੈ ਉਹਨਾਂ ਨੂੰ ਕੀ ਬੋਲਦੇ ਆ? ਰਿਕਾਰਡ। ਅਤੇ ਕੋਲਨ ਕੀ ਹੁੰਦੇ? ਫੀਲਡ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਆ ਰੋ ਹੈ ਇਹ ਕੀ ਹੈ? ਤੁਹਾਡੇ ਰਿਕਾਰਡ, ਕਿਉਂਕਿ ਆਪਾਂ ਇੱਥੇ ਰਿਕਾਰਡ ਹੀ ਐਂਟਰ ਕਰਦੇ ਹਾਂ ਰੋ ਵਾਈਜ਼। ਅਤੇ ਆਹ ਜਿਹੜੇ ਹੁੰਦੇ ਕੋਲਨ, ਇਹ ਆਪਣੇ ਫੀਲਡ ਹੈ ਵੀ ਤੁਸੀਂ ਕਿਹੜੇ ਕਿਹੜੇ ਫੀਲਡ ਲੈਣੇ ਆ, ਵੀ ਕੀ ਕੀ ਚੀਜ਼ਾਂ ਦਾ ਰਿਕਾਰਡ ਹੈ ਜਿਹੜਾ ਕਿਸੇ ਪਰਸਨ ਦਾ ਰੱਖਣਾ ਹੈਗਾ।
देखो नेक्स्ट की इंपॉर्टेंट प्रोसेस इज कैटर्ड बाय एग्जिस्टिंग डीबीएमएस। हुण इहदे विच होर प्रोसेस की हुंदा है डीबीएमएस दे विच, डिफाइनिंग और कंस्ट्रक्टिंग अ डेटा स्ट्रक्चर विच इज कॉल्ड एज अ डेटा डेफिनेशन। देखो जे तुसीं डेटा स्ट्रक्चर नूं डिफाइन कर रहे हो वी स्ट्रक्चर तुसीं किवें दा लैणा है, किवें तुसीं उहनूं डिफाइन करना है, बनाउणा किवें है, उहनूं बोलदे आ डेटा डेफिनेशन। जिवें देखो तुसीं टेबल क्रिएट कर रहे हो, इह वी तां डिफाइन कर रहे हो डेटा नूं वी, इह तुसीं स्ट्रक्चर अपना रहे हो। टेबल नूं किवें डिलीट करना है, मॉडिफाई किवें करना है, मतलब चेंज किवें करना है जिहड़ा तुहाडा डेटा है जां एग्जिस्टिंग है टेबल दे विच। हुण देखो जिवें कोई कस्टमर सीगा, हुण उह कस्टमर नहीं भी रहा है ना, उहदा सारियां चीज़ां सॉर्ट आउट हो गईआं बैंक दे नाल, उह की आ उस चीज़ नूं की आ क्लोज़ कर देणगे, हुण उह चीज़ तां चाहीदी नहीं गी। ठीक है, इदां दीआं मॉडिफिकेशनस करदे आ। हुण अपडेटिंग लाइक इनसर्टिंग अ रिकॉर्ड इन टू टेबल, ਹੁਣ ਤੁਸੀਂ ਟੇਬ ਟਾਈਮ ਟੂ ਟਾਈਮ ਕੀ ਹੈ ਟੇਬਲ ਦੇ ਵਿੱਚ ਡੇਟਾ ਨੂੰ ਕੀ ਹੈ ਐਡ ਕਰਦੇ ਜਾਓ, ਡਿਲੀਟ ਕਰ ਲਓ, ਮੋਡੀਫਾਈ ਕਰ ਦਿਓ। ਅਪਡੇਸ਼ਨ ਤੁਸੀਂ ਕਦੋਂ ਵੀ ਕਰ ਸਕਦੇ ਹੋ। ਨੈਕਸਟ ਹੈ ਰਿਟਰੀਵਲ ਔਰ ਐਕਸਟ੍ਰੈਕਟ। ਰਿਟਰੀਵਲ ਦਾ ਮਤਲਬ ਕੀ ਹੁੰਦਾ ਐਕਸਟ੍ਰੈਕਟ ਕਰਨਾ, ਮਤਲਬ ਕੋਈ ਇੱਥੇ ਆਪਣੇ ਕੋਲ ਡੇਟਾਬੇਸ ਹੈ ਇਹਦੇ 'ਚ ਆਪਾਂ ਕੋਈ ਇਨਫੋਰਮੇਸ਼ਨ ਕੱਢਣੀ ਹੈ ਬਾਹਰ, ਰਿਟਰੀਵ ਕਰਨੀ ਹੈ, ਉਹਨੂੰ ਬੋਲਦੇ ਆ ਰਿਟਰੀਵ ਕਰਨਾ, ਜਾਂ ਤੁਸੀਂ ਕਹਿ ਸਕਦੇ ਹੋ ਐਕਸਟ੍ਰੈਕਟ ਕਰਨਾ। ਕਿੱਥੋਂ ਡੇਟਾਬੇਸ 'ਚੋਂ, ਹੁਣ ਆਪਣੇ ਕੋਲ ਬੈਂਕ ਦੇ ਵਿੱਚ ਕੋਈ ਡੇਟਾਬੇਸ ਦਿੱਤਾ ਹੋਇਆ ਹੈ, ਤਾਂ ਇਹਦੇ ਵਿੱਚ ਆਪਾਂ ਕੀ ਕਰਨੀ ਹੈ ਇਨਫੋਰਮੇਸ਼ਨ ਬਾਹਰ ਕੱਢਣੀ ਹੈ ਬਾਈ ਯੂਜ਼ਰ ਕੁਐਰੀਜ਼। ਇਹਦੇ ਲਈ ਆਪਾਂ ਕੁਐਰੀਜ਼ ਯੂਜ਼ ਕਰਦੇ ਹਾਂ। ਕੁਐਰੀਜ਼ ਕਿਹੜੀਆਂ ਹੁੰਦੀਆਂ, ਮਤਲਬ ਜਿਵੇਂ ਅਪਡੇਟ ਹੁੰਦੀ ਹੈ ਕੁਐਰੀ, ਇਹਦੇ ਲਈ ਆਪਾਂ ਨੂੰ ਕੁਝ ਲਾਈਨ ਲਿਖਣੀ ਪੈਂਦੀ ਹੈ ਸਟੇਟਮੈਂਟ ਜਿਹਦੇ ਨਾਲ ਸ਼ੋ ਕਰ ਦੇਗਾ ਡੇਟਾ। ਡਿਲੀਟ ਦੇ ਨਾਲ ਰਿਲੇਟਡ ਵੀ ਕੁਐਰੀਜ਼ ਹੁੰਦੀਆਂ, ਰਿਪੋਰਟਿੰਗ ਔਰ ਐਨੀ ਅਦਰ ਬਿਜ਼ਨਸ ਪਰਪਸਿਸ। ਦੇਖੋ ਹੁਣ ਠੀਕ ਹੈ, ਇੱਦਾਂ ਦੀ ਆਪਾਂ ਕੁਐਰੀਜ਼ ਯੂਜ਼ ਕਰ ਲੈਂਦੇ ਹਾਂ। ਐਡਮਿਨਿਸਟ੍ਰੇਸ਼ਨ ਇਨਕਲੂਡਸ ਦਾ ਐਕਟੀਵਿਟੀਜ਼। ਦੇਖੋ ਇਹਦੇ ਵਿੱਚ ਕੀ ਹੁੰਦਾ ਐਡਮਿਨਿਸਟ੍ਰੇਸ਼ਨ, ਹੁਣ ਇਸ ਚੀਜ਼ ਨੂੰ ਤਾਂ ਸਾਰਾ ਪੂਰਾ ਧਿਆਨ ਨਾਲ ਮਤਲਬ ਰੱਖਿਆ ਜਾਂਦਾ ਡੇਟਾਬੇਸ ਨੂੰ, ਮਤਲਬ ਐਕਟੀਵਿਟੀਜ਼ ਆਏ ਜਾਂਦੀਆਂ ਜਿਵੇਂ ਦੇ ਵਿੱਚ ਆਪਾਂ ਨੂੰ ਸਿਕਿਉਰਿਟੀ ਵੀ ਦੇਖਣੀ ਪੈਂਦੀ ਹੈ, ਡੇਟਾ ਨੂੰ ਮੇਨਟੇਨ ਕਰਨਾ ਪੈਂਦਾ, ਡੇਟਾ ਇੰਟੈਗ੍ਰਿਟੀ ਮਤਲਬ ਉਹਦੀ ਐਕੂਰੇਸੀ ਦੇਖਣੀ ਪੈਂਦੀ ਹੈ, ਬੈਕਅਪ ਵੀ ਆਪਾਂ ਨੂੰ ਰੱਖਣਾ ਚਾਹੀਦਾ। ਕਿਉਂ ਰੱਖਣਾ ਚਾਹੀਦਾ, ਬਾਈ ਚਾਂਸ ਤੁਹਾਡੀ ਵਿੰਡੋ ਕਰੈਸ਼ ਹੋ ਜੇ, ਖਰਾਬ ਹੋ ਜੇ, ਕੋਈ ਮਤਲਬ ਡੇਟਾ ਕੀ ਹੈ ਡਿਲੀਟ ਹੋ ਜੇ, ਤਾਂ ਬੈਕਅਪ ਆਪਣਾ ਹੋਣਾ ਚਾਹੀਦਾ ਤਾਂ ਜੋ ਆਪਾਂ ਨੂੰ ਰਿਕਵਰ ਕਰ ਲਈਏ। ਠੀਕ ਹੈ, ਗਰੰਟਿੰਗ ਐਂਡ ਰਿਕਵਰੀ ਵੋਕਿੰਗ ਅਸੈਸ ਕੀ ਹੁੰਦੇ ਆ, ਮਤਲਬ ਜਿਹੜਾ ਆਥੋਰਾਈਜ਼ਡ ਪਰਸਨ ਹੈ ਉਹੀ ਕੀ ਇਹਨੂੰ ਯੂਜ਼ ਕਰ ਪਾਵੇ। ਹੁਣ ਆਥੋਰਾਈਜ਼ਡ ਤਾਂ ਕਿਹੜੇ ਆ, ਬੈਂਕ ਵਾਲੇ ਲੋਕ ਹੀ ਹੋਣਗੇ, ਉਹੀ ਇਹਨੂੰ ਮਤਲਬ ਦੇਖਦੇ ਹੋਣਗੇ ਕਿਵੇਂ ਐਂਟਰੀਜ਼ ਕੀਤੀਆਂ ਹੋਈਆਂ, ਕਿੱਥੇ ਉਹਨਾਂ ਦਾ ਜਿਹੜਾ ਡਾਟਾਬੇਸ ਪਿਆ ਹੋਇਆ। ਹੁਣ ਕਸਟਮਰ ਨੂੰ ਤਾਂ ਇਹ ਪਤਾ ਨਹੀਂ ਹੋਏਗਾ, ਠੀਕ ਹੈ, ਵਿਦਆਊਟ ਉਹਨਾਂ ਦੀ ਪਰਮਿਸ਼ਨ ਆਪਾਂ ਅਸੈਸ ਨਹੀਂ ਕਰ ਸਕਦੇ। ਠੀਕ ਹੈ, ਮੋਨੀਟਰ ਕਰਨਾ, ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਵੀ ਇਹਨੂੰ ਆਪਾਂ ਯੂਜ਼ ਕਰਦੇ ਹਾਂ, ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਸਿਸਟਮ ਕੀ ਹੈ ਟ੍ਰੇਨ ਕਰਨਾ ਪੈਂਦਾ। ਇਹ ਐਕਟੀਵਿਟੀਜ਼ ਕੌਣ ਕਰਦਾ, ਇੱਕ ਪਰਸਨ ਹੁੰਦਾ ਹੈ ਡੀਬੀਏ, ਡੀਬੀਏ ਦੀ ਫੁੱਲ ਫਾਰਮ ਪਤਾ ਹੋਵੇ ਡਾਟਾਬੇਸ ਐਡਮਿਨਿਸਟ੍ਰੇਟਰ। ਇਹ ਕੀ ਇੱਕ ਪਰਸਨ ਹੈ ਜੋ ਇਹ ਸਾਰੇ ਕੰਮ ਦੇਖਦਾ, ਮਤਲਬ ਆਥੋਰਾਈਜ਼ਡ ਹੁੰਦਾ, ਸਾਰੀ ਪਾਵਰ ਡਾਟਾਬੇਸ ਨੂੰ ਦੇਖਣ ਦੀ ਇਹਦੇ ਕੋਲ ਹੁੰਦੀ ਹੈ। ਠੀਕ ਹੈ ਨਾ, ਆਥੋਰਾਈਜ਼ਡ ਪਰਸਨ ਹੁੰਦਾ। ਨੈਕਸਟ ਦੇਖੋ ਸਮ ਆਫ ਦੀ ਡੇਟਾਬੇਸ ਮੈਨੇਜਮੈਂਟ। ਹੁਣ ਆਪਾਂ ਕਿਹੜੇ ਕਿਹੜੇ ਡਾਟਾਬੇਸ ਮੈਨੇਜਮੈਂਟ ਜਾਂ ਡੀਬੀਐਮਐਸ ਸਿਸਟਮ ਜਿਹੜੇ ਹੈਗੇ ਆ ਆਪਾਂ ਯੂਜ਼ ਕਰਦੇ ਹਾਂ, ਉਹ ਸਭ ਤੋਂ ਪਹਿਲਾਂ ਤਾਂ ਜੋ ਮਾਈਕਰੋਸਾਫਟ ਐਸਐਸ। ਹੁਣ ਮਾਈਕਰੋਸਾਫਟ ਐਸਐਸ ਦੇਖੋ ਕੀ ਹੁੰਦੀ ਹੈ। ਹਾਂਜੀ ਬੱਚੇ, ਤੁਸੀਂ ਨਾਲ ਨਾਲ ਸ਼ੇਅਰ ਵੀ ਕਰ ਦਿਓ ਸਾਰਿਆਂ ਨੂੰ ਕਿ ਆਪਣੀਆਂ ਕਲਾਸਿਸ ਕੀ ਹੈ ਚੱਲ ਰਹੀਆਂ ਨੇ, ਇੱਥੇ ਤੁਹਾਡੀ ਪ੍ਰੈਪਰੇਸ਼ਨ ਵਧੀਆ ਹੋ ਜਾਏਗੀ ਅਤੇ ਤੁਹਾਡੇ ਲਈ ਟੈਸਟ ਵੀ ਮੈਂ ਲੈ ਕੇ ਆਇਆ ਕਰੂੰਗੀ। ਮਾਈਕਰੋਸਾਫਟ ਐਸਐਸ ਕੀ ਹੈ, ਇੱਕ ਡੇਟਾਬੇਸ ਮੈਨੇਜਮੈਂਟ ਸਿਸਟਮ ਹੈ। ਇਹਨੂੰ ਮਾਈਕਰੋਸਾਫਟ ਵਾਲਿਆਂ ਨੇ ਡਿਵੈਲਪ ਕੀਤਾ ਸੀ। ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹਨੇ ਡਿਵੈਲਪ ਕੀਤਾ ਸੀ। ਇਹ ਡੇਟਾ ਨੂੰ ਜਿਹੜਾ ਕੀ ਹੈ ਸਟੋਰ ਕਰਦਾ ਆਪਣੇ ਹੀ ਫੋਰਮੈਟ ਦੇ ਵਿੱਚ। ਠੀਕ ਹੈ, ਇਹਦਾ ਆਪਣਾ ਹੀ ਡੇਟਾਬੇਸ ਇੰਜਨ ਹੁੰਦਾ, ਉਹਦੇ ਅਕੋਰਡਿੰਗ ਇਹਦਾ ਆਪਣਾ ਫੋਰਮੈਟ ਹੁੰਦਾ, ਉਸੇ 'ਚ ਸਟੋਰ ਕਰਦਾ। ਜਿਵੇਂ ਇਹਦੇ ਵਿੱਚ ਕੀ ਹੁੰਦਾ, ਇੰਪੋਰਟਿੰਗ ਔਰ ਲਿੰਕਿੰਗ, ਤੁਸੀਂ ਕੀ ਹੈ ਡੇਟਾ ਇੰਪੋਰਟ ਕਰਨਾ। ਠੀਕ ਹੈ, ਮਤਲਬ ਇਹਦੇ 'ਚੋਂ ਲੈਣਾ ਕੋਈ ਡੇਟਾ ਜਾਂ ਇਹਦੇ ਨਾਲ ਲਿੰਕ ਕਰਨਾ ਹੈ ਤਾਂ ਉਹ ਤੁਸੀਂ ਕਰ ਸਕਦੇ ਹੋ ਈਜ਼ੀਲੀ। ਹਾਂਜੀ ਨੈਕਸਟ ਦੇਖੋ ਮਾਈ ਐਸ ਕਿਊ ਐਲ। ਮਾਈ ਐਸ ਕਿਊ ਐਲ ਵੀ ਇੱਕ ਤੁਹਾਡਾ ਕੀ ਹੈ, ਇਹ ਵੀ ਡੀਬੀਐਮਐਸ ਸਿਸਟਮ ਹੈਗਾ। ਇਹਨੂੰ ਬੋਲਦੇ ਆ ਓਪਨ ਸੋਰਸ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹ ਵੀ ਕੀ ਹੈ, ਬਹੁਤ ਪਾਪੂਲਰ ਹੈ, ਜਿਹੜਾ ਕਿ ਆਪਾਂ ਇਹਨੂੰ ਯੂਜ਼ ਕਰਦੇ ਆ ਰਹੇ ਹਾਂ ਕਾਫੀ ਟਾਈਮ ਤੋਂ। ਇਹ ਮਤਲਬ ਬਹੁਤ ਪਾਪੂਲਰ ਸਿਸਟਮ ਹੈਗਾ।
ਇਹਨੂੰ ਆਪਾਂ ਵੈਬ ਤੇ ਯੂਜ਼ ਕਰਦੇ ਹਾਂ। ਹੁਣ ਦੇਖੋ ਇੰਨੀਆਂ ਸਾਈਟਸ ਤੁਸੀਂ ਓਪਨ ਕਰਦੇ ਹੋ, ਉਸ ਤੇ ਡੇਟਾ ਜਿਹੜਾ ਸ਼ੋ ਹੁੰਦਾ ਹੈ, ਕੋਈ ਪਿਕਚਰ ਸ਼ੋ ਹੁੰਦੀ ਹੈ, ਟੈਕਸਟ ਸ਼ੋ ਹੁੰਦਾ ਹੈ, ਇਹ ਸਟੋਰ ਕਿੱਥੇ ਹੁੰਦਾ ਜਾ ਕੇ, ਮਤਲਬ ਕਿੱਥੇ ਹੋਏਗਾ, ਮਾਈ ਐਸਕਿਊਐਲ ਦੇ ਵਿੱਚ, ਠੀਕ ਹੈ। ਕਿਤੇ ਤਾਂ ਮਤਲਬ ਸਟੋਰ ਹੋਏਗਾ, ਉਹਨਾਂ ਨੂੰ ਆਪਾਂ ਉੱਥੋਂ ਕੀ ਹੈ ਅਸੈਸ ਕਰ ਸਕਦੇ ਹਾਂ। ਇਹ ਫਿਰ ਕੀ ਹੈ, ਫਾਸਟ ਹੈ, ਇਹ ਜ਼ਿਆਦਾ ਫਲੈਕਸੀਬਲ ਹੈ। ਨੈਕਸਟ ਦੇਖੋ ਓਰੇਕਲ, ਹਾਂਜੀ ਇਹ ਵੀ ਆਪਾਂ ਬਹੁਤ ਯੂਜ਼ ਕੀਤੀ ਹੈ, ਹੁਣ ਵੀ ਯੂਜ਼ ਕਰਦੇ ਹਾਂ ਇਹਨੂੰ। ਓਰੇਕਲ ਵਾਲਿਆਂ ਨੇ ਕੀ ਹੈ ਡਿਵੈਲਪ ਕੀਤਾ ਹੈਗਾ, ਇਹਨੂੰ ਕੀ ਬੋਲਦੇ ਆ, ਰਿਲੇਸ਼ਨਲ ਡੇਟਾਬੇਸ। ਰਿਲੇਸ਼ਨਲ ਵਰਡ ਕਿਉਂ ਆ ਜਾਂਦਾ ਹੈ, ਵੈਸੇ ਤਾਂ ਆਪਾਂ DBMS ਹੀ ਲਿਖਦੇ ਹਾਂ ਨਾ, ਇੱਕ ਹੁੰਦਾ ਹੈ ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਸਿਸਟਮ। ਰਿਲੇਸ਼ਨਲ ਕਿਉਂ ਵਰਡ ਲੱਗਿਆ, ਕਿਉਂਕਿ ਰਿਲੇਸ਼ਨ ਸ਼ੋ ਕਰਦੀ ਹੈ, ਇੱਕ ਟੇਬਲ ਨੂੰ ਆਪਾਂ ਇਹਦੇ ਵਿੱਚ ਦੂਜੇ ਟੇਬਲ ਨਾਲ ਲਿੰਕ ਕਰ ਦਿੰਦੇ ਹਾਂ, ਤਾਂ ਕਰਕੇ ਉਹਨਾਂ ਨੂੰ ਕੀ ਬੋਲਦੇ ਆ, ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਸਿਸਟਮ। ਦੇਖੋ ਜਿਹੜਾ ਇਹਦਾ ਓਰੀਜਨਲ ਵਰਜਨ ਸੀਗਾ ਓਰੇਕਲ ਦਾ, ਉਹਨੂੰ ਡਿਵੈਲਪ ਕੀਤਾ ਸੀਗਾ SDL ਨੇ। ਹੁਣ SDL ਕੀ ਹੈ, ਸੋਫਟਵੇਅਰ ਡਿਵੈਲਪਮੈਂਟ ਲੈਬੋਰਟਰੀ ਵਾਲੇ ਇਹ ਹੈਗੇ ਆ ਜਿਨ੍ਹਾਂ ਨੇ ਡਿਵੈਲਪ ਕੀਤਾ ਸੀਗਾ, ਠੀਕ ਹੈ। ਇਹ ਵੀ ਇੱਕ ਤਰ੍ਹਾਂ ਦਾ ਆਪਣਾ ਸੇਫ ਹੈਗਾ, ਇਹ ਵਾਲਾ ਵੀ ਸੇਫ ਹੈ, ਮਤਲਬ ਕਹਿ ਲਓ ਜਾਂ ਸਿਕਿਓਰ ਹੈਗਾ ਡੇਟਾਬੇਸ, ਔਰ ਜਿਹੜਾ ਓਰੇਕਲ ਵਾਲਾ। ਨੈਕਸਟ ਆਪਣਾ ਡੇਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ, SQL ਸਰਵਰ। ਇਹ ਵੀ ਆਪਾਂ ਬਹੁਤ ਯੂਜ਼ ਕੀਤਾ ਹੈ, ਕਾਫੀ ਪਾਪੂਲਰ ਹੈ ਇਹ ਵੀ। ਇਹ ਵੀ ਕੀ ਹੈ, ਇੱਕ ਸਰਵਰ ਦਾ ਕੰਮ ਕਰਦਾ। ਹੁਣ ਸਰਵਰ ਕਿਹੜੀ ਹੁੰਦੀ ਹੈ, ਤੁਹਾਨੂੰ ਕਿੰਨੇ ਵਾਰ ਦੱਸਿਆ ਕਿ ਮਤਲਬ ਜਿਵੇਂ ਆਪਾਂ ਕੋਈ ਡੇਟਾ ਸਟੋਰ ਕਰਨਾ ਹੈ ਉਹ ਆਪਾਂ ਸਰਵਰ 'ਤੇ ਕਰਦੇ ਹਾਂ। ਮੰਨ ਲਓ ਕੋਈ ਵਟਸਐਪ 'ਤੇ ਜੋ ਵੀ ਤੁਸੀਂ ਸ਼ੇਅਰ ਕਰਦੇ ਹੋ ਉਹ ਸਭ ਕੁਝ ਕਿੱਥੇ ਸਟੋਰ ਹੁੰਦਾ, ਇਹਦਾ ਆਪਣਾ ਖੁਦ ਦਾ ਕੋਈ ਸਰਵਰ ਹੋਏਗਾ, ਠੀਕ ਹੈ। ਹਰ ਚੀਜ਼ ਦਾ ਆਪੋ ਆਪਣਾ ਸਰਵਰ ਹੁੰਦਾ ਹੈ। ਮੇਨ ਫੰਕਸ਼ਨ ਇਸਦਾ ਕੀ ਹੈ, ਸਟੋਰ ਕਰਨਾ, ਤੁਸੀਂ ਡੇਟਾ ਸਟੋਰ ਕਰ ਲਓ ਅਤੇ ਜਦੋਂ ਮਰਜ਼ੀ ਇਹਨੂੰ ਦੇਖ ਲਓ, ਆਪ ਮਤਲਬ ਕੋਈ ਯੂਜ਼ਰ ਕਿ ਆਪਦੀ ਰਿਕੁਐਸਟ ਦੇ ਅਕੋਰਡਿੰਗ ਉਹਨੂੰ ਦੇਖ ਸਕਦਾ ਹੈ ਵੀ ਜਿਹੜੀ ਵੀ ਡਿਟੇਲ ਸ਼ੋ ਕਰਨੀ ਹੋਵੇ, ਠੀਕ ਹੈ। ਬਟ ਇਹ ਹੁੰਦਾ ਕੀ ਹੈ, ਸਾਰਾ ਔਨ ਦਾ ਸੇਮ ਕੰਪਿਊਟਰ ਔਰ ਰਨਿੰਗ ਔਨ ਅਦਰ ਕੰਪਿਊਟਰਸ, ਠੀਕ ਹੈ। ਇਹਨੂੰ ਕਿਸੇ ਵੀ ਕੰਪਿਊਟਰ 'ਤੇ ਤੁਸੀਂ ਜਾਂ ਸੇਮ ਕੰਪਿਊਟਰ 'ਤੇ ਦੇਖ ਸਕਦੇ ਹੋ, ਬਟ ਜੇ ਤੁਸੀਂ ਨੈਟਵਰਕ ਨਾਲ ਕਨੈਕਟਡ ਹੋ ਨਾ ਇੰਟਰਨੈਟ ਦੇ ਨਾਲ, ਫਿਰ ਤਾਂ ਤੁਸੀਂ ਦੇਖ ਸਕਦੇ ਹੋ ਹੋਰ 'ਤੇ ਵੀ, ਅਦਰਵਾਈਜ਼ ਨਹੀਂ। ਹਾਂਜੀ ਨੈਕਸਟ ਆ ਗਿਆ ਡੇਟਾਬੇਸ ਸਿਸਟਮ ਨੂੰ ਤੁਸੀਂ ਚਾਰ ਕੰਪੋਨੈਂਟਸ ਦੇ ਵਿੱਚ ਡਿਵਾਈਡ ਕਰ ਸਕਦੇ ਹੋ, ਫੋਰ ਕੰਪੋਨੈਂਟਸ ਹੁੰਦੇ ਆ। ਫਸਟ ਆ ਗਿਆ ਯੂਜ਼ਰਸ। ਹੁਣ ਯੂਜ਼ਰ ਕੀ ਹੁੰਦੇ ਆ, ਕਈ ਤਰ੍ਹਾਂ ਦੇ ਹੁੰਦੇ ਆ, ਜਿਵੇਂ DBA, DBA ਆਪਾਂ ਹੁਣੇ ਕੀਤਾ ਸੀ, ਡਾਟਾਬੇਸ ਮੈਨੇਜਮੈਂਟ ਮੈਨੇਜਮੈਂਟ ਨੂੰ ਮਤਲਬ ਮੈਨੇਜ ਕਰਦਾ ਹੈ ਕਹਿ ਲਓ, ਹੈ ਨਾ, ਡਾਟਾਬੇਸ ਐਡਮਿਨਿਸਟ੍ਰੇਟਰ। ਇਹਦੇ ਕੋਲ ਹੀ ਤਾਂ ਸਾਰੀ ਪਾਵਰ ਹੁੰਦੀ ਹੈ ਡੇਟਾ ਨੂੰ ਦੇਖਣਾ, ਅਤੇ ਮਤਲਬ ਜੇ ਪਾਸਵਰਡ ਲੱਗਿਆ ਹੋਇਆ ਤਾਂ ਇਹਨੂੰ ਪਤਾ ਹੋਏਗਾ ਸਾਰਾ, ਓਪਨ ਕਰਕੇ ਯੂਜ਼ਰ ID ਪਾਸਵਰਡ ਦੇ ਥਰੂ ਇਹ ਚੈੱਕ ਕਰ ਲੇਗਾ। ਸਿਸਟਮ ਡਿਵੈਲਪਰ ਜਾਂ ਜਿਹਨੇ ਇਹਨੂੰ ਡਿਵੈਲਪ ਕੀਤਾ ਹੈ, ਐਂਡ ਯੂਜ਼ਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਪਤਾ ਹੋਏਗਾ, ਮਤਲਬ ਜਿਹੜੇ ਯੂਜ਼ਰ ਹੈ ਉਹਨੂੰ ਵੀ ਪਤਾ ਹੋ ਸਕਦਾ ਹੈ, ਕੋਈ ਪਰਟੀਕੁਲਰ ਯੂਜ਼ਰਸ ਨੂੰ। ਨੈਕਸਟ ਹੈ ਅਗਲੀ ਟਾਈਪ ਕੀ, ਡਾਟਾਬੇਸ ਐਪਲੀਕੇਸ਼ਨ। ਇਹ ਕੀ ਹੁੰਦੀ ਹੈ, ਪਰਸਨਲ ਵੀ ਹੋ ਸਕਦੀ ਹੈ, ਡਿਪਾਰਟਮੈਂਟਲ, ਐਂਟਰਪ੍ਰਾਈਜ਼ ਜਾਂ ਇੰਟਰਨਲ, ਠੀਕ ਹੈ। ਇਹ ਮਤਲਬ ਤੁਹਾਡੀ ਪਰਸਨਲ ਹੋ ਸਕਦੀ ਹੈ। DBMS ਕੀ ਹੁੰਦਾ ਹੈ, ਹੁਣੇ ਆਪਾਂ ਪੜ੍ਹ ਲਿਆ, ਇੱਕ ਸੋਫਟਵੇਅਰ ਹੁੰਦਾ ਹੈ ਜਿਹਦੇ ਨਾਲ ਆਪਾਂ ਡੇਟਾ ਨੂੰ ਕੀ ਕਰਦੇ ਹਾਂ, ਡੇਟਾਬੇਸ ਨੂੰ ਕ੍ਰੀਏਟ ਕਰਦੇ ਹਾਂ, ਆਪਣਾ ਆਪਣਾ ਡੇਟਾਬੇਸ ਕ੍ਰੀਏਟ ਕਰਦੇ ਹਾਂ ਉਹਨੂੰ। ਉਹਦੇ ਲਈ ਆਪਾਂ ਪੜ੍ਹਿਆ ਕਿ ਕਾਫੀ ਸੋਫਟਵੇਅਰ ਹੁੰਦੇ ਆ, MySQL, ਓਰੇਕਲ, SQL ਸਰਵਰ, ਠੀਕ ਹੈ, ਕਾਫੀ ਹੁੰਦੇ ਆ। ਡੇਟਾਬੇਸ ਮੈਂ ਤੁਹਾਨੂੰ ਡੈਫੀਨੇਸ਼ਨ ਦੱਸ ਹੀ ਦਿੱਤੀ, ਇਹਨੂੰ ਬੋਲਦੇ ਆ ਕਲੈਕਸ਼ਨ ਆਫ ਡੇਟਾ। ਨੈਕਸਟ ਦੇਖੋ ਡੇਟਾਬੇਸ ਮਾਡਲ ਡਿਫਾਈਨਸ ਦਾ ਲੌਜੀਕਲ ਡਿਜ਼ਾਈਨ ਆਫ ਦਾ ਡੇਟਾ। ਹੁਣ ਡੇਟਾਬੇਸ ਹੀ ਮਾਡਲ ਹੁੰਦਾ ਕੀ ਹੈ, ਇਹਦੇ ਵਿੱਚ ਕੀ ਹੁੰਦਾ, ਆਪਾਂ ਨੂੰ ਡਿਜ਼ਾਈਨ ਪਤਾ ਲੱਗ ਜਾਂਦਾ ਵੀ ਆਪਾਂ ਡੇਟਾਬੇਸ ਕਿਵੇਂ ਬਣਾ ਰਹੇ ਹਾਂ, ਕਿਵੇਂ ਤਿਆਰ ਕਰ ਰਹੇ ਹਾਂ, ਅਤੇ ਮਾਡਲ ਕੀ ਮਾਡਲ ਇਹਦਾ ਜਦੋਂ ਬਣਾਉਂਦੇ ਹਾਂ ਉਹ ਪਤਾ ਲੱਗ ਜਾਂਦਾ, ਰਿਲੇਸ਼ਨ ਪਤਾ ਲੱਗ ਜਾਂਦਾ ਵੀ ਜਿਵੇਂ ਆਪਾਂ ਇੱਕ ਟੇਬਲ ਨੂੰ ਦੂਜੇ ਨਾਲ ਲਿੰਕ ਕਰਦੇ ਹਾਂ, ਜਾਂ ਇਹਦੇ ਵਿੱਚ ਮਤਲਬ ਕੋਈ ਇਹੋ ਜਿਹਾ ਕੋਲਨ ਲੈ ਲੈਂਦੇ ਹਾਂ, ਕੋਈ ਇਹੋ ਜਿਹਾ ਫੀਲਡ ਲੈ ਲੈਂਦੇ ਹਾਂ ਜਿਹਦੇ ਜਿਹੜਾ ਫੀਲਡ ਕਿ ਦੋਨਾਂ ਦੇ ਵਿੱਚ ਕੋਮਨ ਹੁੰਦਾ ਤਾਂ ਇੱਕ ਦੂਜੇ ਨੂੰ ਉਹ ਲਿੰਕ ਕਰ ਦਿੰਦਾ। ਦੇਖੋ ਤਿੰਨ ਮਾਡਲ ਹੁੰਦੇ ਆ, ਹੁਣ ਕਿਹੜੇ ਹੁੰਦੇ ਆ, ਫਸਟ ਹੋ ਗਿਆ ਇਰੈਰੀਕਲ, ਨੈਟਵਰਕ ਐਂਡ ਰਿਲੇਸ਼ਨਲ। ਹੁਣ ਇਹਨਾਂ ਨੂੰ ਵਨ ਬਾਏ ਵਨ ਪੜ੍ਹਦੇ ਹਾਂ, ਇਰੈਰੀਕਲ ਕਿਹੜਾ ਹੁੰਦਾ। ਹੁਣ ਇਹਦੇ ਵਿੱਚ ਕੀ ਹੁੰਦਾ, ਈਚ ਐਂਟੀਟੀ ਹੈਜ਼ ਓਨਲੀ ਵਨ ਪੇਰੈਂਟ ਬਟ ਕੈਨ ਹੈਵ ਸੈਵਰਲ ਚਿਲਡਰਨ। ਇਰੈਰੀਕੀ ਜਿਵੇਂ ਆਪਾਂ ਆਪਣੀ ਫੈਮਿਲੀ ਦੀ ਬਣਾਈਏ, ਸਭ ਤੋਂ ਅੱਗੇ ਪਹਿਲਾਂ ਕੌਣ ਆ ਗਿਆ, ਗ੍ਰੈਂਡਫਾਦਰ, ਗ੍ਰੈਂਡਫਾਦਰ ਤੋਂ ਬਾਅਦ ਆ ਗਿਆ ਫਾਦਰ, ਅਤੇ ਫਿਰ ਉਸ ਤੋਂ ਬਾਅਦ ਕੌਣ ਆ ਗਿਆ, ਚਿਲਡਰਨ ਹੋ ਗਏ। ਮਤਲਬ ਕੋਈ ਫਸਟ ਚਾਈਲਡ ਹੋ ਸਕਦਾ, ਸੈਕਿੰਡ ਚਾਈਲਡ ਹੋ ਸਕਦਾ, ਐਂਡ ਥਰਡ ਚਾਈਲਡ ਹੋ ਸਕਦਾ,
ठीक है, इनू बोलते हैं इरेरिके। ये भी उन्हें क्या एक एंटिटी होंगी है, मतलब पेरेंट एक होंगे, तो पेरेंट के अगे की होंगे सैवरल चिल्ड्रनस हो गए, ठीक है ना। देर इज़ ओनली वन एंटिटी विच इज़ कॉल्ड रूट। तो इस पेरेंट नू टॉप वाले नू जिवें चाहे इधर कह लो ग्रैंड फादर तुहाडे की है रूट है, मतलब रूट मतलब जड़ है फैमिली की। अगे आ गया नैटवर्क मॉडल। हुण नैटवर्क मॉडल विच की हुंदा है, इहदे विच जो आपां एंटिटीज़ लैने हां, एंटिटीज़ की हो सकदे आ ना, जिवें कस्टमर का कोई नेम हो गया, कोई आई डी हो गई, ये एंटिटीज़ होंगे है, ठीक है। जिवें तुसीं इत्थे ग्रैंड फादर का कोई नेम लै लो, ये तुहाडी एंटिटी हो जाएगी, फादर का नेम हो जाएगा, ठीक है। एंटिटीज़ नूं आपां ग्राफ दी फॉर्म च ऑर्गेनाइज करते हैं। इन विच सम एंटिटीज़ कैन बी असैस्ड थ्रू सैवरल पार्ट्स। तो उहदे थ्रू ही आपां डेटा नूं की है देख पाते हैं, ग्राफ दे फॉर्म च इहनूं आपां रखते हैं। नैक्सट है रिलेशनल मॉडल। हुण इहदे विच डेटा नूं आपां की है 2D टेबल्स फॉर्म च रखते हैं, मतलब जिन्हां नूं रिलेशन बोलते हैं, मतलब इहदे विच की होएगा 2D टेबल्स, मतलब आप टेबल्स बनाने हैं उन्होंने लिंकिंग करते हैं एक दूजे के नाल, उन्होंने की है रिलेशन होंगे। तो हुण तुसीं देखो टेबल और रिलेशन आर रिलेटिड टू ईच अदर, वो टेबल रिलेटिड होंगे एक दूजे न। हुण नैक्सट आ गया ईआर मॉडल। कई बार देखो ना ईआर मॉडल च भी क्वेश्चन आ जाता है, इतने कई बार ऐ पूछ लेंगे भी ईआर की फुल फॉर्म की है, तो पता होनी चाहिए है, ये बहुत इंपॉर्टेंट है भी ईआर की होंगे। इतने ई का मतलब एंटिटी है, आर का मतलब की है रिलेशनशिप। हूँ देखो ईआर मॉडल की है, बहुत ही ज़्यादा पापूलर मॉडल है जिन्हों आप यूज करते हैं डिजाइन तैयार करने के लिए डाटाबेस का। तो हूँ देखो ये हों की है, हुण इहदे विच आपां पहलां तां लैंदे आं एंटिटीज़ हुंदियां, जिवें नेम वगैरह हो गया किसी का, आई डी हो गई, एवें सब कुछ वो आ जाता है, जिवें रोल नंबर कुछ भी इदां दा लै सकदे हो। अगे अगे रिलेशन शिप्स अमंग एंटिटीज़। हुण देखो जे आपां देखना है भी नेम का रोल नंबर ना की लिंक है, आपां इदां की है, हुण देखो मैं इत्थे भी रोल नंबर लै लिया, देखो रोल नंबर हो गए, नेम हो गए, आ तां हो गया वन। एक सैकेंड टेबल लै लिया, उहदे विच मैं इत्थे रोल नंबर लै लिया, तो इत्थे मैं लै ली कोई सिटी। हुण देखो रोल नंबर तो यूनीक ही होएगा, जे मान लो इस परसन का नाम है, इत्थे कुछ ABC लै लिया नेम वन रोल नंबर का, तो इत्थे भी वन रोल नंबर है, उत्थे मैं कोई उहदा शहर दस रही हाँ, जिवें मान लो हो गया बठिंडा। तो इहदा मतलब की है जे मैं दो टेबल नूं लिंक करूँगी तो किहड़े कॉलम नाल किहड़े फील्ड ना करूँ रोल नंबर दे नाल, इत्थे भी वन है तो इत्थे भी चैक करांगे वन की दा, तो उहदा शहर जे तुसीं जानना है तो फिर वो इत्थों पता लग जू लिंक करके। तो एवें आपां एंटिटीज़ दे विच रिलेशनशिप चैक करते हैं। हुण इहदे विच कुछ सिंबल आपां यूज़ करते हैं, ठीक है। जिवें मान लो तुसीं इदां कोई स्क्वायर फॉर्म दे विच कुछ लिखना है, तो जिवें आपां की है डिसीशन लई यूज़ कर लैंदे हुंदे हां, जिवें डायमंड वाला सिंबल हो गया, ठीक है ना, इदा के कुछ आप सिंबल यूज़ करते हैं। जिवें देखो रेक्टेंगल फॉर्म भी यूज़ कर लें एंटिटी दसन लिए, कोई वह अगे फरदर एट्रीब्यूट है उदों आप ओवल साइन यूज़ कर लें, रिलेशनशिप दसन लिए आप डायमंड यूज़ करते हैं ये वाला। हूँ देखो अगे की है, हूँ पढ़ते हैं आप एंटिटी होंगी की है, इज़ अ बेसिक यूनिट है। यह ईआर मॉडल का ना एक बेसिक यूनिट है, जिवें अपनी बॉडी का बेसिक यूनिट की होंगे सैल, सैल तो ही अपनी बॉडी बनी है, सैल तो अगे की बने हुए ने टिशूज़, अगे गां टिशूज़ नूं मिला दो तो ऑर्गन बन जूगा, ऑर्गनस तो मिल अगे की बन जाता है ऑर्गन सिस्टम, ठीक है। अपनी मतलब एवें की है एक लिविंग बींग दी ह्यूमन बॉडी एवें बनती है ना, मतलब सैल मेन अपना होंगे जितों स्टार्ट होंगे, उवें इहदे विच बेसिक यूनिट की है एंटिटी, मतलब एक ऑब्जेक्ट होंगे या कोई चीज़ होंगी थिंग इन ए रियल वर्ल्ड हैविंग इंडिपेंडेंट, यदि एग्जिस्टेंस इंडिपेंडेंट होंगी किसी पर डिपेंड नहीं करती, ठीक है ना। मतलब देखो एंटिटी की हो सकती है कोई परसन कोई प्लेस हो सकती है, ठीक है ना। जिवें देखो कुछ तुसी लोन दस रहे हो किसी बारे, मतलब ए कॉलन लै लिया कोर्स का लै लो, ये सारा मतलब की हो गया एंटिटी। एंटी इज ऑब्जेक्ट दैट इज इनवॉल्व इन एंटरप्राइज दैट कैन बी डिस्टिंग्विश्ड फ्रॉम अदर। देखो हर एंटिटी की होंगी है अलग अलग, जो डिफरेंट कॉलन लै रहे हो तो हर एंटिटी की है अपने आप तो डिफरेंट होएगी, जस्ट आप उन्होंने की है रिलेट कर सकते हैं। हूँ देखो परसन हो गया प्लेस ईवेंट ऑब्जेक्ट है ना, ये सारे तुम दस्या हुआ है, तुम देख सकते हो। जिवें आ गया जौहन लिखोगे भी एक एंटिटी है, CSE 305 मान लो कोई रोल नंबर है तो वह भी तुम इनू इनकलूड करोगे एज ए एंटिटी।
ਹੁਣ ਐਂਟੀਟੀ ਸੈੱਟ ਕੀ ਹੁੰਦਾ, ਹੁਣ ਸੈੱਟ ਆ ਗਿਆ ਮਤਲਬ ਜੇ ਜ਼ਿਆਦਾ ਐਂਟੀਟੀਜ਼ ਲੈ ਲਓਗੇ ਉਹ ਸੈੱਟ ਬਣ ਜੂਗਾ, ਹੈ ਨਾ, ਕਲੈਕਸ਼ਨ ਆਫ ਐਂਟੀਟੀਜ਼ ਆ ਗਿਆ। ਹੁਣ ਦੇਖੋ ਫਰਮ ਇਜ਼ ਹੈਵਿੰਗ ਅ ਮੈਨੀ ਇੰਪਲੋਈਜ਼, ਮਤਲਬ ਕੋਈ ਕੰਪਨੀ ਆ ਉਹਦੇ ਵਿੱਚ ਵਾਧੂ ਸਾਰੇ ਦੇਖੋ ਇੰਪਲੋਈਜ਼ ਕੰਮ ਕਰੀ ਜਾਂਦੇ ਆ। ਤਾਂ ਹੁਣ ਮੰਨ ਲਓ ਜੇ ਮੈਂ ਲਿਖਦਾ ਵੀ ਇੰਪਲੋਈ ਨੰਬਰ 1 ਹੈ, ਇੰਪਲੋਈ ਨੰਬਰ 2 ਹੈ, ਇੰਪਲੋਈ ਨੰਬਰ 3 ਹੈ, ਮੰਨ ਲਓ 10 ਹੋ ਗਏ ਆਪਣੇ ਇੰਪਲੋਈ, ਤਾਂ ਇਹਨੂੰ ਮੈਂ ਇਦਾਂ ਸੈੱਟ 'ਚ ਲਿਖਦਾ, ਤਾਂ ਇਹਦਾ ਮਤਲਬ ਕੀ ਹੈ, ਇਹ 10 ਗਰੁੱਪ ਆਫ ਜਿਹੜੇ ਇਹ 10 ਇੰਪਲੋਈਜ਼ ਹੈ, ਇਹ ਮੇਰਾ ਕੀ ਹੈ, ਇੱਕ ਐਂਟੀਟੀ ਸੈੱਟ। ਇਹ ਕੀ ਹੈ, ਇੱਕ ਐਂਟੀਟੀ ਸੈੱਟ। ਦੇਖੋ ਆਲ ਦੀਜ਼ ਐਂਟੀਟੀਜ਼ ਆਰ ਹੈਵਿੰਗ ਸੇਮ ਐਟਰੀਬਿਊਟਸ ਅੰਡਰ ਐਂਟੀਟੀ ਟਾਈਪ ਦਾ ਸੈੱਟ ਸਟੂਡੈਂਟ ਇਜ਼ ਅ ਐਂਟੀਟੀ ਸੈੱਟ। ਦੇਖੋ ਚਾਹੇ ਸਟੂਡੈਂਟਸ ਦਾ ਲੈ ਲਓ ਚਾਹੇ ਇੰਪਲੋਈਜ਼ ਦਾ ਲੈ ਲਓ, ਇੱਕੋ ਗੱਲ ਹੈ, ਕੋਈ ਵੀ ਐਗਜ਼ਾਮਪਲ ਤੁਸੀਂ ਐਵੇਂ ਕੰਸੀਡਰ ਕਰ ਸਕਦੇ ਹੋ। ਹਾਂਜੀ ਅਮਨ ਕੌਰ ਗੁੱਡ ਈਵਨਿੰਗ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ। ਓਕੇ ਨੈਕਸਟ ਆ ਗਿਆ ਵੀਕ। ਹੁਣ ਇਹਦੇ ਵਿੱਚ ਵੀਕ ਵਰਡ ਕੀ ਹੁੰਦਾ, ਹੁਣ ਆਪਾਂ ਅੱਗੇ ਟਾਈਪਸ ਆਫ ਐਂਟੀਟੀ ਆ ਗਈਆਂ, ਠੀਕ ਹੈ, ਉਹਦੇ ਅੰਡਰ ਆ ਗਿਆ ਇਹ ਵੀਕ। ਟਾਈਪਸ ਹੁਣ ਕਿੰਨੀਆਂ ਆਉਂਦੀਆਂ, ਹੁਣ ਆਪਾਂ ਇਹ ਤਾਂ ਪੜ੍ਹ ਲਿਆ ਵੀ ਕੋਈ ਪਰਸਨ ਜਾਂ ਸ਼ਹਿਰ ਜਾਂ ਰੋਲ ਨੰਬਰ ਕੁਛ ਵੀ ਹੋ ਸਕਦੀ ਹੈ ਐਂਟੀਟੀ, ਉਹਦੀਆਂ ਟਾਈਪਸ ਕੀ ਹੁੰਦੀਆਂ, ਵੀਕ ਕੀ ਹੁੰਦੀ ਹੈ। ਐਂਟੀਟੀ ਸੈੱਟ ਦੈਟ ਡਜ਼ ਨਾਟ ਹੈਵ ਅ ਪ੍ਰਾਇਮਰੀ ਕੀ, ਇਹਦੇ ਵਿੱਚ ਪ੍ਰਾਇਮਰੀ ਕੀ ਨਹੀਂ ਹੁੰਦੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ, ਇੱਧਰ ਆਪਾਂ ਲੈ ਲਿਆ ਰੋਲ ਨੰਬਰ, ਅਤੇ ਇੱਥੇ ਲੈ ਲਿਆ ਨੇਮ, ਅਤੇ ਜੇ ਮੈਂ ਇੱਥੇ ਫਿਰ ਲੈ ਲਾਂ ਰੋਲ ਨੰਬਰ, ਅਤੇ ਇੱਥੇ ਮੈਂ ਲੈ ਲਾਂ ਸਿਟੀ, ਤਾਂ ਰੋਲ ਨੰਬਰ ਹੀ ਤਾਂ ਇਹਨਾਂ ਦੋ ਟੇਬਲਸ ਨੂੰ ਲਿੰਕ ਕਰ ਰਿਹਾ ਨਾ, 1 ਰੋਲ ਨੰਬਰ ਅਤੇ 1 ਇੱਥੇ ਲਵਾਂਗੇ, ਅਤੇ ਜੇ 2 ਲਵਾਂਗੇ ਤਾਂ 2 ਵੀ ਇੱਧਰ ਹੋਏਗਾ, ਤਾਂ ਹੀ ਫਿਰ ਆਪਾਂ ਉਸ ਪਰਟੀਕੂਲਰ ਪਰਸਨ ਨੂੰ ਇੱਕ ਦੂਜੇ ਨਾਲ ਲਿੰਕ ਕਰ ਸਕਦੇ ਹਾਂ, ਟੇਬਲ ਨੂੰ ਲਿੰਕ ਕਰ ਸਕਦੇ ਹਾਂ। ਕਹਿੰਦਾ ਜਿਹੜਾ ਆਹ ਚੀਜ਼ ਹੈ ਰੋਲ ਨੰਬਰ, ਇਹ ਆਪਣੇ ਲਈ ਯੂਨੀਕ ਹੈ, ਤਾਂ ਜਿਹੜੀ ਚੀਜ਼ ਯੂਨੀਕ ਹੈ ਨਾ, ਉਸ ਤੇ ਕਹਿ ਲਓ ਪ੍ਰਾਇਮਰੀ ਕੀ ਲੱਗਦੀ ਹੈ। ਪ੍ਰਾਇਮਰੀ ਕੀ ਮਤਲਬ ਕਿ ਇਸੇ ਨੂੰ ਆਪਾਂ ਫਿਕਸ ਕਰਤਾ ਕਿ ਮਤਲਬ ਇਸੇ ਕਾਲਮ ਦੇ ਨਾਲ ਆਪਾਂ ਇੱਕ ਟੇਬਲ ਨੂੰ ਦੂਜੇ ਟੇਬਲ ਨਾਲ ਲਿੰਕ ਕਰਨਾ। ਹੁਣ ਕਹਿੰਦਾ ਇਹਦੇ ਵਿੱਚ ਤਾਂ ਹੁੰਦੀ ਨਹੀਂ, ਡਜ਼ ਨਾਟ ਹੈਵ, ਤਾਂ ਇਹਦਾ ਮਤਲਬ ਇਹ ਹੋ ਗਈ ਵੀਕ, ਵੀ ਇਹਦੇ ਕੋਲ ਕੀ ਹੈ ਨਹੀਂ, ਤਾਂ ਇਹ ਕੀ ਹੋ ਗਿਆ, ਵੀਕ ਹੋ ਗਿਆ। ਤਾਂ ਤੁਸੀਂ ਐਵੇਂ ਯਾਦ ਕਰ ਸਕਦੇ ਹੋ, ਵੀਕ ਐਂਟੀਟੀ ਸੈੱਟ ਹੈ। ਐਗਜ਼ਿਸਟੈਂਸ ਆਫ ਏ ਵੀਕ ਐਂਟੀਟੀ ਸੈੱਟ ਡਿਪੈਂਡਸ ਅਪੋਨ ਦਾ ਐਗਜ਼ਿਸਟੈਂਸ ਆਫ ਸਟਰੋਂਗ, ਜਿਹੜਾ ਵੀਕ ਹੈ ਸਟਰੋਂਗ ਐਂਟੀਟੀ ਤੇ ਡਿਪੈਂਡ ਕਰਦਾ। ਦੇਖੋ ਸਟਰੋਂਗ ਤਾਂ ਉਹੀ ਹੋਏਗਾ ਜਿਹਦੇ 'ਚ ਪ੍ਰਾਇਮਰੀ ਕੀ ਹੋਏਗੀ, ਠੀਕ ਹੈ ਨਾ, ਤਾਂ ਫਿਰ ਕੀ ਹੈ, ਇਹ ਕਿਹਦੇ ਨਾਲ ਰਿਲੇਟ ਕਰੇਗਾ, ਫਿਰ ਸਟਰੋਂਗ ਸੈੱਟ ਦੇ ਨਾਲ, ਬਾਏ ਅ 1-to-many ਰਿਲੇਸ਼ਨਸ਼ਿਪ, ਠੀਕ ਹੈ। ਹੁਣ ਤੁਸੀਂ ਦੇਖੋ ਡਿਸਕ੍ਰਿਮੀਨੇਟਰ ਕੀ ਹੁੰਦਾ, ਔਰ ਪਾਰਸ਼ਲ ਕੀ ਆਫ ਅ ਵੀਕ ਐਂਟੀ ਸੈੱਟ ਇਜ਼ ਦਾ ਸੈੱਟ ਆਫ ਐਟਰੀਬਿਊਟਸ ਦੈਟ ਡਿਸਟਿੰਗੁਇਸ਼ਸ ਅਮੰਗ ਆਲ ਦ ਐਂਟੀਟੀਜ਼ ਆਫ। ਇਹਦੇ ਵਿੱਚ ਵੀ ਕੁਛ ਨਹੀਂ, ਜਸਟ ਤੁਸੀਂ ਐਟਰੀਬਿਊਟਸ ਮਤਲਬ ਵੈਲਿਊਜ਼ ਲੈਂਦੇ ਹੋ, ਠੀਕ ਹੈ, ਉਹਨੂੰ ਡਿਸਕ੍ਰਿਮੀਨੇਟਰ ਬੋਲ ਦਿੰਦੇ ਆ। ਜਿਵੇਂ ਮੰਨ ਲਓ ਮੈਂ ਵੈਲਿਊਜ਼ ਇੱਥੇ ਲੈ ਲਈਆਂ, ਜਿਵੇਂ ਰੋਲ ਨੰਬਰ 1-2-3 ਲੈ ਲਈ, ਇਹਦੀ ਵੈਲਿਊ ਨੇਮ ਕੋਈ ਇੱਥੇ ਮੈਂ ਲੈ ਲਿਆ, ਰਮਨ ਲੈ ਲਿਆ, ਕੁਛ ਵੀ ਨਾਮ ਇੱਥੇ ਮਤਲਬ ਮੈਂ ਲੈ ਸਕਦੀ ਹਾਂ, ਇੱਥੇ ਸਿਟੀਜ਼ ਲੈ ਸਕਦੀ ਹਾਂ, ਠੀਕ ਹੈ, ਐਵੇਂ ਕਰਕੇ ਇਹਦੀਆਂ ਵੈਲਿਊਜ਼ ਤੁਸੀਂ ਐਂਟਰ ਕਰ ਸਕਦੇ ਹੋ। ਹਾਂਜੀ ਰਮਨਪ੍ਰੀਤ ਕੌਰ, ਐਂਟੀਟੀ ਸੈੱਟ। ਹੁਣ ਨੈਕਸਟ ਦੇਖੋ ਇਹਦੀ ਐਗਜ਼ਾਮਪਲ ਦੇਖ ਲਓ, ਵੀ ਡਿਪਿਕਟ ਏ ਵੀਕ ਐਂਟੀ ਸੈੱਟ ਬਾਏ ਡਬਲ। ਦੇਖੋ ਵੀਕ ਇਹਨੂੰ ਡਬਲ ਰੈਕਟੈਂਗਲ ਡਰਾ ਕਰਦੇ ਆ। ਹੁਣ ਇਹਦਾ ਸਿੰਬਲ ਐਵੇਂ ਹੁੰਦਾ, ਤੁਸੀਂ ਰੈਕਟੈਂਗਲ ਬਣਾ ਲਿਆ ਨਾ, ਇੱਦਾਂ ਕਰਕੇ ਡਬਲ ਬਣਦਾ, ਇਹਨੂੰ ਇਹ ਹੁੰਦੀ ਹੈ ਤੁਹਾਡੀ ਵੀਕ ਐਂਟੀਟੀ। ਵੀ ਅੰਡਰਲਾਈਨ ਦਾ ਡਿਸਕ੍ਰਿਮੀਨੇਟਰ ਆਫ ਵੀਕ ਵਿਦ ਦੇ ਡੈਸ਼ ਲਾਈਨਸ। ਜਿਵੇਂ ਦੇਖੋ ਇਹਦੇ ਵਿੱਚ ਦੇਖੋ ਕੀ ਲੈ ਰਿਹਾ, ਪੇਮੈਂਟ ਨੰਬਰ, ਦ ਡਿਸਕ੍ਰਿਮੀਨੇਟਰ ਆਫ ਦ ਪੇਮੈਂਟ। ਦੇਖੋ ਪੇਮੈਂਟ ਨੰਬਰ ਕੀ ਹੋਏਗਾ, ਇਹ ਵੀ ਤੁਹਾਡਾ ਯੂਨੀਕ ਹੋ ਸਕਦਾ ਹੈ ਨਾ, ਇਹਨੂੰ ਤੁਸੀਂ ਮੰਨ ਸਕਦੇ ਹੋ ਵੀਕ ਦੇ ਅੰਡਰ। ਪ੍ਰਾਇਮਰੀ ਕੀ ਫੋਰ ਪੇਮੈਂਟ ਦੇ ਲਈ, ਦੇਖੋ ਜਾਂ ਤਾਂ ਲੋਨ ਨੰਬਰ ਵੀ ਯੂਨੀਕ ਹੁੰਦਾ ਆਪਣਾ, ਪੇਮੈਂਟ ਨੰਬਰ ਵੀ ਯੂਨੀਕ ਹੁੰਦਾ, ਇਹਨਾਂ 'ਚੋਂ ਕਿਸੇ ਨੂੰ ਤੁਸੀਂ ਕੀ ਹੈ ਪ੍ਰਾਇਮਰੀ ਕੀ ਮੰਨ ਸਕਦੇ ਹੋ। ਪ੍ਰਾਇਮਰੀ ਕੀ ਹੋਣੀ ਜ਼ਰੂਰੀ ਹੈ ਜੇ ਤੁਸੀਂ ਕਿਸੇ 2 ਜਾਂ 2 ਤੋਂ ਜ਼ਿਆਦਾ ਟੇਬਲਸ ਨੂੰ ਲਿੰਕ ਕਰ ਰਹੇ ਹੋ, ਕਿਉਂਕਿ ਉਹਦੇ ਨਾਲ ਹੀ ਕਰ ਸਕਦੇ ਹੋ। ਤੁਸੀਂ ਇਹ ਦੇਖ ਸਕਦੇ ਹੋ, ਦੇਖੋ ਇਹਨੂੰ ਡੈਸ਼ ਲਾਈਨਸ ਦੇ ਨਾਲ ਡਿਨੋਟ ਕੀਤਾ ਉਹਨੇ, ਪ੍ਰਾਇਮਰੀ ਕੀ ਵਾਲਿਆਂ ਨੂੰ ਪੇਮੈਂਟ ਨੰਬਰ ਆ ਸੀ ਤੁਹਾਡਾ, ਐਂਡ ਦੇਖੋ ਆ ਰੇ ਡਬਲ ਰੈਕਟੈਂਗਲਸ ਦੇ ਵਿੱਚ ਹੈ, ਇਹ ਤੁਹਾਡੀ ਕੀ ਹੈ ਵੀਕ ਐਂਟੀਟੀ ਹੋ ਗਈ, ਠੀਕ ਹੈ, ਐਵੇਂ ਤੁਸੀਂ ਡਾਇਗ੍ਰਾਮਸ ਇਹਦੇ ਬਣਾ ਸਕਦੇ ਹੋ। ਹਾਂਜੀ ਅੱਗੇ ਦੇਖੋ ਸਟਰੋਂਗ ਆ ਗਈ। ਹੁਣ ਸਟਰੋਂਗ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਕੀ ਹੁੰਦੀ ਹੈ ਪ੍ਰਾਇਮਰੀ ਕੀ ਹੁੰਦੀ ਹੁੰਦੀ ਹੈ। ਹੁਣ ਐਂਟੀਟੀ ਸੈੱਟ ਪੇਮੈਂਟ ਵਿੱਚ ਹੈਜ਼ 3 ਐਟਰੀਬਿਊਟਸ। ਪੇਮੈਂਟ ਦੇ ਅੰਡਰ ਨਾ ਅੱਗੇ ਕੀ ਹੈ 3 ਹੋਰ ਇਹਦੇ ਪਾਰਟਸ ਆ ਜਾਂਦੇ ਆ, ਪੇਮੈਂਟ ਨੰਬਰ, ਪੇਮੈਂਟ ਡੇਟ ਜਾਂ ਪੇਮੈਂਟ ਅਮਾਊਂਟ। ਆਲਦੋ ਈਚ ਪੇਮੈਂਟ ਐਂਟੀਟੀ ਇਜ਼ ਡਿਫਰੈਂਟ, ਦੇਖੋ ਇਹ ਤਿੰਨੋਂ ਹੀ ਡਿਫਰੈਂਟ ਹੈ। ਪੇਮੈਂਟ ਨੰਬਰ ਅਲੱਗ ਹੋਏਗਾ ਉਸ ਪਰਸਨ ਦਾ, ਡੇਟ ਪੇਮੈਂਟ ਅਲੱਗ ਹੋ ਸਕਦੀ ਹੈ, ਹੈ ਨਾ, ਮਤਲਬ ਇਹ ਤਾਂ ਸੇਮ ਦਿਨ ਵੀ ਹੋ ਸਕਦੀ ਹੈ, ਬਟ ਕੀ ਹੈ
देखो इतने तो आप पेमेंट नंबर के अंडर तो नंबर ही लिखांगे तो डेट के नीचे डेट लिखांगे। हुण ये तो है नहीं कि आ वाला कॉलन तो आ कॉलन सेम है, हुण पेमेंट अमाउंट के अंडर अमाउंट लिखांगे, सारे की है एक दूजे तो डिफरेंट है। ठीक है, बट पेमेंट फॉर डिफरेंट लोनस, मान लो जो तुम अलग अलग लोन के लिए पेमेंट कर रहे हो, मे शेयर द सेम पेमेंट नंबर की हो सकता है थोड़ा सेम हो सकता है। हाँ जी, हुण आ गई अपनी फुल फॉर्म्स, हुण आपां विच दी की है फुल फॉर्म्स भी कर रहे हैं, ये तुसी नोट कर दे जाओ। पहला आपां ए वालियां करांगे, बी सी अल्फाबेटिकली आपां जेड तक सारियां कर लांगे फुल फॉर्म्स। फिर एंड ते तुहानूं एक पीडीएफ दिती जाएगी जिहदे विच जस्ट की है इंपॉर्टेंट फुल फॉर्म्स होणगियां, ते ओह तुसी की है उहदे तों नोट कर सकदे हो, या फिर तुसी की है उहनूं नोटबुक ते नोट कर लिओ। हाँ जी, रोल नंबर भी प्राइमरी है, प्राइमरी की आप मानते हैं रमनप्रीत एंड संदीप, गुड इवनिंग। देखो एपीआई की होंगे एप्लीकेशन प्रोग्राम इंटरफेस, एआरपी की होंगे एड्रेस रेजोल्यूशन प्रोटोकॉल, ये तो प्रोटोकॉल है। प्रोटोकॉल की होंगे है सैट ऑफ रूल्स दैट गवर्न द कम्युनिकेशन, सैट ऑफ रूल्स होंगे है जिदे थ्रू आप एक कम्युनिकेशन करते हैं। हूँ की है अर्पानेट, एडवांस्ड रिसर्च प्रोजेक्ट एजेंसी नेटवर्क है, एक आसकाई। देखो आसकाई की तुम्हें फुल फॉर्म पता हो, इनू चाहे नोट ही कर लो नोटबुक के उपर, ये पूछ लेंगे है अमेरिकन स्टैंडर्ड कोड फॉर इनफॉर्मेशन इंटरचेंज। देखो इंटरचेंज वर्ड चेंज कर सकते हैं, स्टैंडर्ड कर सकते हैं, मतलब वो तुम्हें की है ये कन्फ्यूज करेंगे एग्जाम वाले। एटीएम की भी तुम्हें पता होनी चाहिए है, कई बार एसिंक्रोनस में कई बार बच्चे कुछ होर ही ऑप्शन से टिक करे आते हैं, ये होंगी है एसिंक्रोनस ट्रांसफर मोड। नेक्स्ट है AUI अटैचमेंट यूनिट इंटरफेस, AVI हुंदा ऑडियो वीडियो इंटरलीव। ठीक है, आई ए वाली है कि आज दी अपनी फुल फॉर्म्स। हाँ जी, हुन आ गया अपना टेस्ट, टेस्ट लिए कि अपनी कमर कस लो, जिन्हें भी क्वेश्चंस होंगे एंड ते तुसी मैनू दसने हैं किन्ने तुहाडे मार्क्स बने। रेडी हो जाओ सारे जने, फिर आपां की है पूरी स्पीड दे नाल करांगे एमसीक्यूज। देखो तुहानूं उत्थे भी इन्ना ही टाइम मिलना है, तां उहदे लई की है प्रैक्टिस आपां करनी स्टार्ट करती है। हाँ जी, रमनप्रीत कह रहे हैं फर्स्ट नेटवर्क है अर्पानेट जिहड़ा कि पहला आया सी तो उहदे नाल चार कंप्यूटर अटैच सी। हाँ जी, वेरी गुड। फर्स्ट क्वेश्चन देखो की कहिंदा है, डैश इज़ अ फीचर फॉर शेड्यूलिंग एंड मल्टी प्रोग्रामिंग टू प्रोवाइड एन इकोनॉमिकल इंटरेक्टिव सिस्टम ऑफ टू और मोर यूजर। ये कोई फीचर है, केड़ी फीचर है जिहड़ी कि शेड्यूल करती है, शेड्यूलिंग मत करन दे लिए या मल्टी प्रोग्रामिंग लिए यूज करते हैं आप, टू प्रोवाइड एन इकोनॉमिकल इंटरेक्टिव सिस्टम। ठीक है ना, ऑफ टू और मोर यूजर्स, वो कि एक सिस्टम होंगे है जिदे दो या दो तो ज़्यादा यूजर्स होंगे है। की होंगे ये टाइम शेयरिंग, मल्टी टास्किंग, टाइम ट्रेसिंग, मल्टी प्रोसैसिंग। फटाफट आंसर दो, पहला क्वेश्चन नंबर मेंशन करना है देन आंसर। अपनी क्लास 8 o'clock तो स्टार्ट हो जाती है, 8 to 9 o'clock होंगी है, तो तुसी 8 o'clock ऐसे इतने पहुँच जाया करो। बाय चांस जे किसी दिन अपनी क्लास ऑफ होंगी है तो तुहानू उहदा भी की है इनफॉर्मेशन दे दित्ती जाती है। हाँ जी, ओके, फर्स्ट दा ए आया रमनप्रीत कौर दा सब तो पहला आया। हाँ जी, वेरी गुड। टाइम शेयरिंग, टाइम शेयरिंग यहो जी है ना, टाइम शेयर हुंदा है, मान लो मैं एक ऐप ओपन कर रही हाँ तो सेकंड ऐप भी ओपन कीती हुई है, तो इनू टाइम मिलेगा, इनू भी मिलेगा, अलग अलग इदा शेड्यूलिंग हुंदी है, तो ये रन कर दी है। ठीक है ना। हाँ जी, जिन्हों का ए है रमनप्रीत का ए आया है, रमनप्रीत का सही है। हाँ जी, ये उन्हें पूछे सिस्टम ऑफ टू और मोर यूजर्स के लिए आप शेड्यूलिंग करते हैं ना, उत्थे आप टाइम शेयरिंग होंगी है। वेरी गुड, मनप्रीत कौर का भी सही है। देखो सेकंड क्वेश्चन आ गया, अ प्रोग्रामिंग लैंग्वेज हैविंग अ डैश इज स्लो इन एग्जीक्यूशन। कोई प्रोग्रामिंग लैंग्वेज है जिदे विच की है कुछ डैश है, वो की है स्लो है एग्जीक्यूशन दे विच। एग्जीक्यूशन होंगे किसी चीज़ को रन करना, इंटरप्रेटर, कंपाइलर, असैम्बलर एंड लिंकर।
हाँ जी देखो की आएगा इहदा आंसर, सेकेंड आंसर। हाँ जी ये होंगे इंटरप्रेटर, ठीक है ना। प्रोग्रामिंग लैंग्वेज नू की है अपना जस्ट की है ट्रांसलेशन लिए यूज करते होंगे हैं, इंटरप्रेटर कंपाइलर असैम्बलर जड़े है थोड़े सारे की है ये लिए होंगे। ये स्लो होंगे एग्जीक्यूशन दे विच, इन्ना ज़्यादा फास्ट नहीं होंगे। हाँ जी कंपाइलर तो थोड़ा जिमें सी लैंग्वेज नू करन लई टर्बो सी तुसी यूज करते हो, काफ़ी सारे कंपाइलर्स ने अज के टाइम तो तुसी कोई भी यूज कर सकते हो। थर्ड क्वेश्चन की कहता, वर्ड प्रोसेसर यूज्ड बाय डॉस टू राइट द प्रोग्राम और इंस्ट्रक्शंस। वर्ड प्रोसेसर जो यूज किया जाता डॉस द्वारा प्रोग्राम्स नू लिखन दे लई, उन्हों की कहते हैं वर्ड स्टार वर्ड पैड नोट पैड एडिट। हाँ जी डॉस दी मैनू फुल फॉर्म जरूर दस्यो चैट बॉक्स दे विच, इंदी फुल फॉर्म की हुंदी है, व्हाट इज द फुल फॉर्म ऑफ डॉस। थर्ड दा की है आंसर दो फटाफट। हाँ जी लाइन बाय लाइन एग्जीक्यूशन कर दे, वेरी गुड मनप्रीत। देखो इहदा आंसर क्या आएगा एडिट, ठीक है। डॉस द्वारा जिहड़ा यूज किया जाता प्रोग्राम करन दे लई, वो वर्ड प्रोसेसर नू कह सकते हो तुसी की सी एडिट। हाँ जी डिस्क ऑपरेटिंग सिस्टम रमिंदर, वेरी गुड। हाँ जी डिस्क ऑपरेटिंग सिस्टम इहदी फुल फॉर्म हुंदी है डिस्क ऑपरेटिंग सिस्टम, नोट कर लो जिहड़े बच्चे नू नहीं पता डिस्क ऑपरेटिंग सिस्टम। ओके नेक्स्ट क्वेश्चन थे आ जाओ, डेसिमल इक्विवेलेंट ऑफ 4 टाइम्स 1 2। हाँ जी इधर डेसिमल नंबर कटने आप नंबर सिस्टम कीता है ना, ये कन्वर्जेंस तो थोनों पता होनी चाहिए हैं। हूँ देखो ये तो अड़ा की है बाइनरी है, 2 लग्या होया इतने बाइनरी है, इनू तुसी कन्वर्ट करना है डेसिमल का बेस होंगे 10। देखो किवें कन्वर्ट करोगे, हाँ जी ये दा आंसर आएगा। हाँ जी ये दा आंसर आ गया 15। आपा की करांगे 2 दी पावर की करोगे 0 ना मल्टीप्लाई, 2 दी पावर 1 2 दी पावर 2 एंड 2 दी पावर 3, ठीक है। हुण तुसी देखो अपन गया 8 4 + 2 एंड 2 दी पावर की हो जाएगी 0 नू 1 ना मल्टीप्लाई करोगे तो 1 आ जाएगा, 15 आ गया तुहाडा आंसर, ठीक है। इस मैथड के नाल आपां नंबर सिस्टम जदों मैं करवाया सी उहदे विच आपां ये कर चुके हैं। हाँ जी डी आएगा, वेरी गुड शिनाज अर्शदीप सिंह। देखो फिफ्थ क्वेश्चन ते आ जाओ, सिस्टम प्रपोजल इज प्रपेयर्ड इन डैश फेस ऑफ SDL। सॉफ्टवेयर डेवलपमेंट जिहड़ा तुहाडा हुंदा है जिहदे विच सॉफ्टवेयर SDL सी सिस्टम हुंदा है, सॉफ्टवेयर आपां डिवेलप करते हैं, सिस्टम प्रपोजल नूं किहड़े फेस च जिहड़े हुंदे है तैयार किया जाता है, मतलब ये हों ना कि रिक्वायरमेंट देखते हैं वो हिसाब न डिजाइन करते हैं उन्होंने, फिर वो टेस्टिंग होंगी है, इदा सारे फेस होंगे है। हम तुम दसना है भी वो कि फेस है जिसे सिस्टम प्रपोजल होंगे तैयार किया जाता है, कंसैप्शन इनिशिएशन एनालिसिस और डिजाइन। फिफ्थ का मैनू आंसर दो फटाफट की आएगा इहदा आंसर, वेरी ईजी आंसर ये तुसी बहुत इजीली दे सकते हो। ओके बी आ गया रमनप्रीत कौर ने बी आंसर देता है। नाउ सी द आंसर। हाँ जी इनिशिएशन, इनिशिएशन का मतलब की होंगे स्टार्ट, स्टार्ट कर रहे हैं कोई चीज़ तो वही है ना, सिस्टम प्रपोजल है तो पहले ही होएगा इनिशिएशन च ही आएगा। नेक्स्ट आ गया थोड़ा की है द एरर्स दैट कैन बी फाइंड आउट बाय कंपाइलर। कंपाइलर होना पास जिदेच कोई सी लैंग्वेज या कुछ भी रन कर रहे हैं उदेच मान लो कोई एरर आ गई, ठीक है, कंपाइलर ने एरर कढ की देती उन्हों की बोलते हैं लॉजिकल एरर इंटरनल एरर सिमेंटिक एरर या सिंटैक्स एरर। देखो केड़ी एरर होंगी है, वो तुहानू 4 ऑप्शन दिते हुए ने उदेच तुसी दसना है केड़ा आंसर आएगा।
ਤੇ ਆਪਣੀ ਕਲਾਸ ਨੂੰ ਕੀ ਹੈ ਹੋਰ ਸ਼ੇਅਰ ਕਰ ਦਿਆ ਕਰੋ। ਠੀਕ ਹੈ, ਜਦੋਂ ਇੱਥੇ ਕਾਫੀ ਸਾਰੇ ਬੱਚੇ ਹੋ ਜਾਣ ਤਾਂ ਇੱਕ ਪੜ੍ਹਾਉਣ ਵਾਲੇ ਨੂੰ ਵੀ ਕਾਫੀ ਮੋਟੀਵੇਸ਼ਨ ਮਿਲਦੀ ਹੈ, ਤੇ ਉਹ ਟੀਚਰ ਫਿਰ ਕੀ ਕਰਦਾ ਕਿ ਹੋਰ ਜ਼ਿਆਦਾ ਕੁਝ ਨਿਊ ਜਿਹੜੀਆਂ ਚੀਜ਼ਾਂ ਐਡ ਕਰਦਾ। ਠੀਕ ਹੈ, ਮੈਂ ਕੁਝ ਸੋਚ ਰਹੀ ਹਾਂ ਕਿ ਹੋਰ ਨਿਊ ਐਡ ਕਰੀਏ ਤਾਂ ਜੋ ਆਪਣੀ ਕਲਾਸ ਹੋਰ ਇੰਟਰਸਟਿੰਗ ਬਣੇ। ਰਮਨਦੀਪ ਕੌਰ ਡੀ, ਓਕੇ, ਸਿੰਟੈਕਸ ਐਰਰ, ਚਲੋ ਦੇਖਦੇ ਹਾਂ ਕੀ ਆਏਗਾ ਆਂਸਰ। ਹਾਂਜੀ, ਵੈਰੀ ਗੁੱਡ, ਸਿੰਟੈਕਸ ਐਰਰ ਹੀ ਬੋਲਦੇ ਆ। ਠੀਕ ਹੈ, ਜਿਹੜੀਆਂ ਕੰਪਾਈਲਰ ਬਾਹਰ ਕੱਢਦਾ ਨਾ ਐਰਰਸ ਦੱਸ ਦਿੰਦਾ, ਉਹ ਸਿੰਟੈਕਸ ਹੁੰਦੀਆਂ। ਹਾਂਜੀ, ਰਮਿੰਦਰ ਦਾ ਸਹੀ ਹੈ। ਹਾਂਜੀ, ਜਿਨ੍ਹਾਂ ਦਾ ਡੀ ਹੈ ਬਿਲਕੁਲ ਸਹੀ ਹੈ। 7th ਕੁਐਸਚਨ ਕੀ ਕਹਿੰਦਾ, ਦਾ ਪ੍ਰੋਸੈਸ ਦੈਟ ਡੀਲਸ ਵਿਦ ਦਾ ਟੈਕਨੀਕਲ ਐਂਡ ਮੈਨੇਜਮੈਂਟ ਇਸ਼ੂਜ਼ ਆਫ ਸੋਫਟਵੇਅਰ ਡਿਵੈਲਪਮੈਂਟ। ਦੇਖੋ, ਉਹ ਪ੍ਰੋਸੈਸ ਜਿਹਦੇ ਵਿੱਚ ਟੈਕਨੀਕਲ ਤੇ ਮੈਨੇਜਮੈਂਟ ਇਸ਼ੂਜ਼ ਆਉਂਦੇ ਹੈਗੇ ਆ, ਸੋਫਟਵੇਅਰ ਨੂੰ ਤਿਆਰ ਕਰਦੇ ਟਾਈਮ ਕਿਹੜੇ ਹੁੰਦੇ ਆ ਉਹ, ਡਿਲੀਵਰੀ ਪ੍ਰੋਸੈਸ, ਉਹ ਪ੍ਰੋਸੈਸ ਕਿਹੜਾ ਹੁੰਦਾ, ਡਿਲੀਵਰੀ ਪ੍ਰੋਸੈਸ, ਕੰਟਰੋਲ ਪ੍ਰੋਸੈਸ, ਸੋਫਟਵੇਅਰ ਪ੍ਰੋਸੈਸ ਜਾਂ ਟੈਸਟਿੰਗ ਪ੍ਰੋਸੈਸ। 7th ਕੁਐਸਚਨ ਤੇ ਆਪਾਂ ਆ ਚੁੱਕੇ ਹਾਂ, ਉਹਦਾ ਆਨਸਰ ਦਿਓ ਫਟਾਫਟ, ਦੇਖਦੇ ਹਾਂ ਕਿਹੜਾ ਬੱਚਾ ਸਭ ਤੋਂ ਪਹਿਲਾਂ ਆਨਸਰ ਦਿੰਦਾ ਹੈ। ਹਾਂਜੀ, 7th ਦਾ ਆਨਸਰ ਦੇਖੋ ਕੀ ਹੈ। ਹਾਂਜੀ, ਸੋਫਟਵੇਅਰ ਪ੍ਰੋਸੈਸ ਹੁੰਦਾ ਨਾ, ਜਿਹਦੇ ਵਿੱਚ ਆਪਾਂ ਸਾਰੇ ਇਸ਼ੂਜ਼ ਦੇਖਦੇ ਹਾਂ, ਟੈਕਨੀਕਲ ਹੈ ਚਾਹੇ ਮੈਨੇਜਮੈਂਟ ਨਾਲ ਰਿਲੇਟਡ ਹੈ, ਉਹਨੂੰ ਕਹਿੰਦੇ ਆ ਸੋਫਟਵੇਅਰ ਪ੍ਰੋਸੈਸ। ਹਾਂਜੀ, ਸੀ ਆਏਗਾ, ਰਮਨਪ੍ਰੀਤ ਕੌਰ ਦਾ ਸਹੀ ਹੈ ਸੀ। ਓਕੇ, ਨੈਕਸਟ ਕੁਐਸਚਨ ਕੀ ਹੈ, ਐਂਡਰੋਇਡ ਕੀ ਹੈ। ਹਾਂਜੀ, ਵੈਰੀ ਵੈਰੀ ਈਜ਼ੀ ਕੁਐਸਚਨ, ਐਂਡਰੋਇਡ ਕੀ ਹੈ, ਇਜ਼ ਆਪਰੇਟਿੰਗ ਸਿਸਟਮ, ਐਪਲੀਕੇਸ਼ਨ ਇੰਟਰਫੇਸ, ਆ ਕਲੈਕਸ਼ਨ ਆਫ ਆਲ ਦੀਜ਼, ਜਾਂ ਇਹ ਸਾਰੀਆਂ ਚੀਜ਼ਾਂ ਤੋਂ ਹੀ ਬਣਿਆ ਹੋਇਆ। 8th ਦਾ ਆਨਸਰ ਦਿਓ, ਦੇਖੋ ਕੀ ਆਏਗਾ। ਹਾਂਜੀ, ਫਟਾਫਟ ਆਨਸਰ ਦਿਓ, ਫਿਰ ਆਪਾਂ ਲਾਸਟ ਮਿਨਟਸ ਦੇ ਵਿੱਚ ਕੁਝ ਚੀਜ਼ ਹੈ ਜਿਹੜੀ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ। ਆਪਣੀ ਕਲਾਸ ਨੂੰ ਹੋਰ ਇੰਪਰੂਵ ਕਰਨ ਦੇ ਲਈ। ਓਕੇ, 8th ਦਾ ਆ ਰਿਹਾ ਏ। ਹਾਂਜੀ, ਵੈਰੀ ਗੁੱਡ, 8th ਏ ਤਾਂ ਹੈਗਾ ਹੀ ਹੈਗਾ, ਬਾਕੀ ਹੋਰ ਦੇਖੋ ਆਪਸ਼ਨ। ਇੱਕ ਐਪਲੀਕੇਸ਼ਨ ਵੀ ਕਹਿ ਸਕਦੇ ਹੋ, ਇੰਟਰਫੇਸ ਵੀ ਤਾਂ ਦਿੰਦਾ ਨਾ, ਆਪਰੇਟਿੰਗ ਸਿਸਟਮ ਇੰਟਰਫੇਸ ਦਾ ਕੰਮ ਕਰਦਾ, ਚਾਹੇ ਕੰਪਿਊਟਰ 'ਚ ਹੋਵੇ ਚਾਹੇ ਫੋਨ 'ਚ ਹੋਵੇ, ਫੋਨ 'ਚ ਫੋਨ ਦਾ ਆਪਰੇਟਿੰਗ ਸਿਸਟਮ ਹੀ ਹੈ, ਤਾਂ ਤਿੰਨੋਂ ਹੀ ਆ ਜਾਣਗੇ, ਡੀ ਆ ਗਿਆ ਆਂਸਰ ਆਪਣਾ। ਨੈਕਸਟ ਦੇਖੋ, ਡਿਵਾਈਸਿਸ ਦੈਟ ਐਂਟਰ ਇਨਫੋਰਮੇਸ਼ਨ ਐਂਡ ਲੈਟ ਯੂ ਕਮਿਊਨੀਕੇਟ ਵਿਦ ਕੰਪਿਊਟਰ, ਜਿਹੜੇ ਡਿਵਾਈਸ ਤੁਹਾਨੂੰ ਕੀ ਹੈ ਐਂਟਰ ਕਰਦੇ ਹੈ ਇਨਫੋਰਮੇਸ਼ਨ ਨੂੰ ਅਤੇ ਹੋਰ ਕੰਪਿਊਟਰ ਨਾਲ ਕਮਿਊਨੀਕੇਟ ਕਰਦੇ ਆ, ਉਹਨਾਂ ਨੂੰ ਕੀ ਕਹਿੰਦੇ ਆਰ ਕਾਲਡ ਸੋਫਟਵੇਅਰ, ਆਊਟਪੁੱਟ ਡਿਵਾਈਸਿਸ, ਹਾਰਡਵੇਅਰ ਐਂਡ ਇਨਪੁੱਟ ਆਊਟਪੁੱਟ ਡਿਵਾਈਸਿਸ। ਦੇਖੋ, 9th ਦਾ ਕੀ ਆਏਗਾ। ਹਾਂਜੀ, ਦੇਖੋ 9th ਦਾ ਕੀ ਆਨਸਰ ਆਏਗਾ। ਹਾਂਜੀ, ਇਨਪੁੱਟ ਆਊਟਪੁੱਟ ਡਿਵਾਈਸ, ਇਹਦੇ ਨਾਲ ਹੀ ਤਾਂ ਐਂਟਰ ਕਰਦੇ ਹਾਂ ਨਾ ਇਨਪੁੱਟ ਦੇ ਨਾਲ, ਅਤੇ ਫਿਰ ਆਪਾਂ ਕੰਪਿਊਟਰ ਨਾਲ ਕਮਿਊਨੀਕੇਟ ਕਰਦੇ ਹਾਂ, ਆਊਟਪੁੱਟ ਸ਼ੋ ਹੁੰਦੀ ਹੈ, ਤਾਂ ਇਨਪੁੱਟ ਆਊਟਪੁੱਟ ਡਿਵਾਈਸਿਸ ਇਹਦਾ ਆਨਸਰ ਆਏਗਾ। ਹਾਂਜੀ, 9th ਦਾ ਡੀ ਆਏਗਾ, ਅਰਸ਼ਦੀਪ ਸਿੰਘ। ਨੈਕਸਟ 10th ਕੁਐਸਚਨ ਦੇ ਆ ਜਾਓ ਫਟਾਫਟ, ਇਨ ਇਲੈਕਟ੍ਰੋਨਿਕ ਡਿਵਾਈਸ ਆਪਰੇਟਿੰਗ ਅੰਡਰ ਦਾ ਕੰਟਰੋਲ ਆਫ ਇਨਫੋਰਮੇਸ਼ਨ ਦੈਟ ਕੈਨ ਅਕਸੈਪਟ ਡੇਟਾ ਐਂਡ ਪ੍ਰੋਸੈਸ ਡੇਟਾ ਐਂਡ ਪ੍ਰੋਡਿਊਸ ਆਊਟਪੁੱਟ ਐਂਡ ਸਟੋਰ ਦਾ ਰਿਜ਼ਲਟਸ ਫਾਰ ਫਿਊਚਰ ਯੂਜ਼। ਦੇਖੋ, ਇਲੈਕਟ੍ਰੋਨਿਕ ਡਿਵਾਈਸ ਹੈ, ਠੀਕ ਹੈ, ਉਹ ਕਿਸੇ ਇਨਫੋਰਮੇਸ਼ਨ ਦੀ ਪ੍ਰੋਸੈਸਿੰਗ ਕਰ ਰਿਹਾ, ਮਤਲਬ ਕਹਿ ਲਓ ਡੇਟਾ ਨੂੰ ਅਸੈਪਟ ਕਰਦਾ, ਫਿਰ ਪ੍ਰੋਸੈਸ ਕਰਦਾ, ਆਊਟਪੁੱਟ ਸ਼ੋ ਕਰਦਾ ਅਤੇ ਰਿਜ਼ਲਟ ਨੂੰ ਸਟੋਰ ਕਰ ਦਿੰਦਾ ਫਿਊਚਰ ਵਾਸਤੇ, ਤਾਂ ਉਹ ਕੀ ਹੋਏਗਾ, ਉਹ ਕੀ ਕਹਾਂਗੇ, ਇਨਪੁੱਟ ਹੈ, ਕੰਪਿਊਟਰ ਹੈ, ਸੋਫਟਵੇਅਰ ਹੈ ਜਾਂ ਹਾਰਡਵੇਅਰ ਹੈ। ਹਾਂਜੀ, ਲਾਸਟ ਕੁਐਸਚਨ ਹੈ ਤੁਹਾਡਾ, ਫਟਾਫਟ ਆਨਸਰ ਦੇ ਦਿਓ। ਦੇਖੋ ਕੀ ਆਏਗਾ ਆਨਸਰ ਇਹਦਾ, ਕੰਪਿਊਟਰ, ਕੰਪਿਊਟਰ ਹੀ ਤਾਂ ਹੈ, ਇਨਪੁੱਟ ਲੈਂਦਾ ਹੈ, ਪ੍ਰੋਸੈਸ ਕਰਦਾ ਹੈ, ਦੈਨ ਆਊਟਪੁੱਟ ਦਿੰਦਾ ਹੈ, ਇਹਨੂੰ ਬੋਲਦੇ ਹੈ IPO ਸਾਈਕਲ। ਠੀਕ ਹੈ, ਈਜ਼ੀ ਕੁਐਸਚਨ ਸੀ। ਹਾਂਜੀ, ਹਾਰਡਵੇਅਰ ਨਹੀਂ ਕਹਿ ਸਕਦੇ,
कंप्यूटर ही आ गया ना, कंप्यूटर आ गया तो इट मीन सारा कुछ ही आ गया जो ये डेटा एक्सेप्ट करना, प्रोसेस करना, आउटपुट नो शो करना, स्टोर करना, ठीक है ना। कंप्यूटर ही स्टोर करेगा ना रिजल्ट्स नो फॉर फ्यूचर यूज दे ले। हाँ जी, थोड़े 10 दे 10 क्वेश्चंस की है खत्म हो चुके हैं। आउट ऑफ 10 थोड़े किन्ने मार्क्स आए हैं तुसी मैनू फटाफट पोस्ट करके दसो। ते बाकी जे कोई बच्चा बाद च भी वीडियो देखता है तो वो अपने मार्क्स की है मैनू कमेंट करके नीचे जरूर दस्यो ते मैं देख लांगी। हाँ जी, फटाफट बच्चे मैनू मार्क्स दसो अपने। हाँ जी, रमिंदर दे मार्क्स आए ने 8, वेरी गुड। मनप्रीत दे 7। होर बच्चे दसो। हाँ जी, रमिंदर ने तो बहुत बार दसते। ओके, रमनप्रीत दे 7, रमनदीप दे भी 10, रमिंदर 8। ओके थैंक्स मैम, ओके मोस्ट वेलकम। हाँ जी बच्चे, एक तो एक होर अपन नवी चीज़ अपनी ये ऐड करनी हैगी है, उदे बारे आप डिस्कस करांगे। मान लो तुसी की चाहते हो, कुछ साइंस दे रिलेटेड स्लाइड ऐड करिए आप, या कुछ करंट अफेयर दे रिलेटेड तुसी चाहते हो। देखो जेडे सब्जेक्ट दे विच तुसी वीक हो उही टॉपिक आप एक ऐड करांगे तो उदे ते जरूर डिस्कस कराया करांगे स्टार्टिंग दे विच। तुसी जे मान लो ज्योग्राफी या कुछ हिस्ट्री या इस चीज़ च वीक हो तो उदे बारे आप जरूर डिस्कस कराया करांगे। या तुसी चाहते हो कि मैं स्टैटिक जीके दी कोई एक स्लाइड ऐड करा तो तुसी मैनू हुने दस सकते हो, या फिर कमेंट करके मैनू वीडियो तो बाद दस सकते हो, अपनी जो क्लास एंड होएगी उस तो बाद तुसी दस सकते हो। ओके सोनू कह रहे ने स्टैटिक जीके, चलो तुहाडे लई फिर स्टैटिक जीके जड़ी की है वो ऐड करांगे। ओके रमिंदर कह रहे ने पंजाब जीके। हाँ जी, ये भी एक बेटर मतलब सही है, रमिंदर ने कहा कि पंजाब जीके। हाँ आप कर सकते हैं, मतलब पंजाब जीके दे टॉपिक स्टार्ट कर लेने हैं क्योंकि वो भी एक मतलब अपना स्टैटिक का ही पार्ट आ जाता है पंजाब दे रिलेटेड। हाँ जी, रमिंदर कह रहे ने पंजाब जी के करा दो थोड़ी थोड़ी करके। चलो फिर आप फिर पंजाब जी के स्टार्ट कर लांगे। ठीक है, फर्स्ट पहला आप इंट्रोडक्शन करांगे, मतलब पंजाब कदों बनिया किवें सी वो सारा कुछ, या पहला गवर्नर कौन सी, पहला चीफ मिनिस्टर कौन सी, इदा दी जो आप स्टार्टिंग करांगे। फिर वन बाय वन ये पंजाब की सारा कुछ आ जाएगा, जिवें आप ज्योग्राफी एक स्लाइड आप ऐड कराया करांगे, एक या दो। हाँ जी मनप्रीत कौर, स्टैटिक जीके ही होएगी बच्चे, ये भी जड़ी थोड़ी पंजाब जीके है ना ये तो एज इट इज ही रहती है, भी थोड़ी स्टैटिक च ही आ जाती है। हाँ जी, आप स्टार्ट करांगे ता जो की है थोड़ी एदी भी रिवीजन नाल नाल चलती रहे, चाहे अपनी कोई टेस्ट एमसीक्यूज होया करेगा या फिर अपने कोई थ्योरी चलती आती हैगी है, कोई भी क्लास होएगी तो डेली ये की है एक स्लाइड मिलूगी। ओके रुपिंदर कौर कह रहे ने हिस्ट्री। हाँ जी, एक बच्चे ने ज्योग्राफी भी किया सी, बट मोस्टली की है बच्चे कह रहे ने स्टैटिक दा, तो फिर मैं पहला स्टैटिक स्टार्ट करूंगी। ठीक है, जिन्हें आपां नूं अगे टाइम होर मिलेगा तो आप ये भी कर लांगे। ठीक है बच्चे, चलो हुण अपनी तैयारी की है करदे रहो। जे तुहानूं तुहाडी कोई क्वेरी है तां नंबर तुहानूं नीचे भी शो हो रहा है, इत्थे भी दित्ता होया है, तां तुसीं इस नंबर ते कॉल कर सकदे हो। जां तुसीं होर कोई चेंजेस चाहुंदे हो क्लास दे विच तां उहदे लई तुसीं कमेंट जरूर करिया करो, कमेंट करके दस्सिया करो।
ਠੀਕ ਹੈ। ਜੇ ਤੁਹਾਡੀ ਰਿਕੁਆਇਰਮੈਂਟ ਨਹੀਂ ਦੱਸੋਗੇ ਤਾਂ ਪੜ੍ਹਾਉਣ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਜਿਹੜੇ ਕੀ ਹੈ ਲਰਨਰਸ ਹੈ ਉਹਨਾਂ ਨੂੰ ਕੀ ਚਾਹੀਦਾ। ਤਾਂ ਫਿਰ ਉਸ ਅਕੋਰਡਿੰਗ ਵੀ ਟੀਚਰ ਕੀ ਆਪਣੇ ਆਪ ਨੂੰ ਕੀ ਹੈ ਉਹ ਕੀ ਹੈ ਹੋਰ ਉਵੇਂ ਜਿਹੜੀ ਕੀ ਹੈ ਕਲਾਸ ਪ੍ਰਪੇਅਰ ਕਰਦਾ ਹੈ ਅਤੇ ਉਵੇਂ ਹੀ ਉਹ ਕੰਟੈਂਟ ਲੈ ਕੇ ਆਉਂਦਾ ਹੈ। ਹਾਂਜੀ ਰਮਿੰਦਰ, ਆਪਾਂ ਪੰਜਾਬ ਜੀਕੇ ਹੀ ਸਟਾਰਟ ਕਰਾਂਗੇ, ਠੀਕ ਹੈ। ਤੁਹਾਨੂੰ ਪੰਜਾਬ ਜੀਕੇ ਦੇ ਵਿੱਚ ਆਪਾਂ ਪੂਰਾ ਐਕਸਪਰਟ ਕਰ ਦੇਣਾ। ਪੰਜਾਬ ਜੀਕੇ ਦਾ ਡੇਲੀ ਕੋਈ ਇੱਕ ਜਿਹੜਾ ਟੌਪਿਕ ਹੈ ਉਹ ਜ਼ਰੂਰ ਆਪਾਂ ਡਿਸਕਸ ਕਰਿਆ ਕਰਾਂਗੇ। ਤਾਂ ਆਪਣੀ ਕਲਾਸ ਨੂੰ ਕੀ ਹੈ ਸ਼ੇਅਰ ਕਰ ਦਿਓ ਅਤੇ ਡੇਲੀ ਅਟੈਂਡ ਕਰਦੇ ਰਹੋ, 8 ਵਜੇ ਇੱਥੇ ਪਹੁੰਚ ਜਿਆ ਕਰੋ। ਜੋ ਵੀ ਆਪਣਾ ਖਾਣਾ ਵਗੈਰਾ ਖਾ ਕੇ, ਵੀ ਇਹ ਸੋਚਣਾ ਹੈ ਕਿ ਵੀ ਕਲਾਸ ਅਸੀਂ ਮਿਸ ਨਹੀਂ ਕਰਨੀ। ਬਾਈ ਚਾਂਸ ਜੇ ਆਪਣੀ ਕਲਾਸ ਨਹੀਂ ਵੀ ਲੱਗਦੀ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਂਦਾ ਤਾਂ ਜੋ ਉਸ ਟਾਈਮ ਤੁਸੀਂ ਆਪਣੀ ਰਿਵੀਜ਼ਨ ਕਰ ਸਕੋ, ਠੀਕ ਹੈ। ਜੇ ਤੁਸੀਂ ਕੋਰਸ ਜੁਆਇਨ ਕੀਤਾ ਹੋਇਆ ਤਾਂ ਟੈਸਟ ਸੀਰੀਜ਼ ਲਗਾ ਲਿਆ ਕਰੋ ਜੇ ਕੋਈ ਕਲਾਸ ਨਹੀਂ ਲੱਗਦੀ। ਹਾਂਜੀ ਰੁਪਿੰਦਰ ਕੌਰ, ਓਕੇ ਬਾਏ ਸਾਰਿਆਂ ਨੂੰ। ਤਿਆਰੀ ਕਰਦੇ ਰਹੋ, ਹੱਸਦੇ ਵਸਦੇ ਰਹੋ ਅਤੇ ਹਰ ਐਗਜ਼ਾਮ ਨੂੰ ਕਰੈਕ ਕਰੋ। ਥੈਂਕ ਯੂ।